ਹਾਂਜੀ, ਰਸੂਲਪੁਰ ਦੀ ਟੀਮ ਜਿਹੜੀ ਤਿਆਰ ਹੋ ਰਹੀ ਹੈ, ਜਲਦੀ ਨਾਲ ਪਲੇਅਰ ਗਰਾਊਂਡ 'ਚ ਆ ਜਾਣ ਤੇ ਮੇਰੀ ਬੇਨਤੀ ਹੈ ਬਾਬਾ ਕਰਮ ਸਿੰਘ ਕਲੱਬ ਇੰਦਗੜ ਰਸੂਲਪੁਰ ਵਾਲੇ ਸਾਨੂੰ ਕਹਿ ਕੇ ਗਏ ਵੀ ਉਹ ਤਿਆਰ ਹੋ ਰਹੇ ਆ ਤੇ ਇੰਦਗੜ ਦੀ ਟੀਮ ਆਵੇ ਨਾਲ ਹੀ ਬਾਂਦਰ ਡੋਡ। ਤੇ ਮੇਰੀ ਬੇਨਤੀ ਹੈ ਟੀਮ ਜਿਹੜੀ ਗਗੜੇ ਬੀ ਦੀ ਹੈ, ਬਾਂਦਰ ਡੋਡ ਤੇ ਗਗੜਾ ਬੀ, ਉਹ ਵੀ ਟੀਮ ਜਿਹੜੀ ਖੇਡ ਦੇ ਗਰਾਊਂਡ ਦੇ ਵੱਲੋਂ ਆਵੇ, ਹਰਮਨ ਦੀ ਪੁਰਾਣੇ ਵਾਲੀ ਆ ਮੇਰੇ ਕੋਲ ਗਰਾਊਂਡ 'ਚ ਆਵੇ, ਤਲਵੰਡੀ ਭਾਈ ਤੇ ਪੁਰਾਣੇ ਵਾਲਾ ਔਰ ਕਿਸ਼ਨਪੁਰਾ ਤੇ ਗੁਰੂਸਰ ਲੰਡੇ, ਭਲੂਰ ਤੇ ਰਾਜਿਆਣਾ, ਪਿੰਡਰ ਤੇ ਰਾਜੀ ਵਾਲਾ ਔਰ ਸ਼ਕੂਰ ਤੇ ਇੰਦਗੜ, ਇਹ ਟੀਮਾਂ ਜਿਹੜੀਆਂ ਜਲਦੀ ਨਾਲ ਖੇਡ ਦੇ ਮੈਦਾਨ ਦੇ ਵੱਲ ਨੂੰ ਪੁੱਜਣ, ਜਲਦੀ ਨਾਲ ਪਲੇਅਰ ਜਿਹੜੇ ਖੇਡ ਗਰਾਊਂਡ ਦੇ ਵੱਲ ਨੂੰ ਪੁੱਜਣਗੇ। ਮੇਰੀ ਬੇਨਤੀ ਹੈ ਰਸੂਲਪੁਰ ਦੀ ਟੀਮ ਜਿਹੜੀ ਤਿਆਰ ਹੋ ਰਹੀ ਹੈ, ਬਾਬਾ ਕਰਮ ਸਿੰਘ ਕਬੱਡੀ ਕਲੱਬ ਇੰਦਗੜ ਆਵੇ, ਬਾਂਦਰ ਡੋਡ ਤੇ ਗਗੜਾ ਬੀ ਨਾਲ ਹੀ ਤਲਵੰਡੀ ਭਾਈ ਤੇ ਪੁਰਾਣੇ ਵਾਲਾ ਔਰ ਉਸ ਤੋਂ ਬਾਅਦ ਜਿਹੜੇ ਪਲੇਅਰ ਖੇਡਣੇ ਆ, ਮੇਰੀ ਬੇਨਤੀ ਹੈ ਨਾਲ ਹੀ ਕਿਸ਼ਨਪੁਰਾ ਤੇ ਲੰਡੇ, ਭਲੂਰ ਤੇ ਰਾਜਿਆਣਾ, ਪਿੰਡਰ ਤੇ ਰੱਜੀ ਵਾਲਾ, ਸ਼ਕੂਰ ਤੇ ਇੰਦਗੜ, ਇਹਨਾਂ ਟੀਮਾਂ ਦੇ ਜਿਹੜੇ ਮੈਚ ਖੇਡੇ ਜਾਣੇ ਆ, ਇਹ ਪਲੇਅਰ ਜਿਹੜੇ ਖੇਡ ਮੈਦਾਨ ਦੇ ਵੱਲ ਪੁੱਜਣਗੇ। ਮੇਰੀ ਬੇਨਤੀ ਹੈ ਟੀਮਾਂ ਜਿਹੜੀਆਂ ਰਸੂਲਪੁਰ ਤੇ ਬਾਬਾ ਕਰਮ ਸਿੰਘ ਕਲੱਬ ਇੰਦਗੜ, ਬਾਂਦਰ ਡੋਡ ਤੇ ਗਗੜਾ ਬੀ, ਪੁਰਾਣੇ ਵਾਲਾ ਤੇ ਤਲਵੰਡੀ ਭਾਈ, ਕਿਸ਼ਨਪੁਰਾ ਤੇ ਮੇਰੀ ਬੇਨਤੀ ਹੈ ਲੰਡੇ, ਭਲੂਰ ਤੇ ਰਾਜਿਆਣਾ, ਪਿੰਡਰ ਤੇ ਰੱਜੀ ਵਾਲਾ, ਇਹ ਸਾਰੀਆਂ ਟੀਮਾਂ ਜਿਹੜੀਆਂ ਆਪਾਂ ਆਪਣੇ ਮੈਚਾਂ ਦੇ ਮੁਤਾਬਕ ਖੇਡ ਗਰਾਊਂਡ 'ਚ ਆ ਜਾਣ। ਇੰਦਗੜ ਤੇ ਰਸੂਲਪੁਰ, ਇੰਦਗੜ ਤੇ ਰਸੂਲਪੁਰ ਇੱਕ ਮਿੰਟ ਦੇ ਵਿੱਚ ਵਿੱਚ ਗਰਾਊਂਡ 'ਚ ਪਹੁੰਚੇ।
ਇੰਦਗੜ੍ਹ ਤੇ ਰਸੂਲਪੁਰ ਨਾਲ ਹੀ ਵਾਂਦਰ ਦੌੜ ਤੇ ਮੇਰੀ ਬੇਨਤੀ ਹੈ ਗਗੜੇ ਵੀਰ ਨੂੰ ਪੁਰਾਣੇ ਵਾਲਾ ਤੇ ਤਲਵੰਡੀ ਭਾਈ ਨੇ ਖੇਡਣਾ ਹੈ। ਇਹ ਟੀਮਾਂ ਆਪਾਂ ਆਪਣੇ ਮੈਚਾਂ ਦੇ ਮੁਤਾਬਕ ਖੇਡ ਦੇ ਮੈਦਾਨ ਦੇ ਵੱਲੋਂ ਆ ਜਾਣ। ਜਿਵੇਂ ਜਿਵੇਂ ਮੈਂ ਮੈਚ ਬੋਲ ਰਿਹਾ ਹੈ ਉਵੇਂ ਉਵੇਂ ਟੀਮਾਂ ਜਿਹੜੀਆਂ ਖੇਡ ਗਰਾਊਂਡ ਦੇ ਵੱਲ ਨੂੰ ਪੁੱਜਣਗੀਆਂ। ਮੇਰੀ ਬੇਨਤੀ ਹੈ ਵਾਂਦਰ ਦੌੜ ਤੇ ਗਗੜਾ ਵੀਰ ਤਲਵੰਡੀ ਭਾਈ ਤੇ ਪੁਰਾਣੇ ਵਾਲਾ ਇਹ ਟੀਮਾਂ ਕਰਕੇ ਤਿਆਰੀਆਂ ਗਰਾਊਂਡ ਚ ਆ ਜਾਣ। ਬਾਈ ਜੀ ਜਿਹੜੀ ਟੀਮ ਸਾਡੇ ਪ੍ਰਬੰਧਕ ਵੀ ਕਹਿੰਦੇ ਵੀ ਹੁਣ ਨਹੀਂ ਖੇਡ ਰਹੀ, ਅਸੀਂ ਜਿਹੜੀ ਟੀਮ ਹੁਣ ਕੱਢਤੀ ਉਹ ਟੀਮ ਦੁਬਾਰਾ ਅਸੀਂ ਆਉਂਦੇ ਸਾਲ ਨੂੰ ਵੀ ਟੂਰਨਾਮੈਂਟ ਤੇ ਐਂਟਰ ਨਹੀਂ ਕਰਨੀ। ਦਰਸ਼ਕ ਵੀਰੇ ਤੁਹਾਡੀ ਸਹਿਮਤੀ ਲੈਣੀ, ਜਿਹੜੀ ਟੀਮ ਨਹੀਂ ਆਉਂਦੀ ਕੱਢਦੀ ਇੱਕ ਵਾਰੀ ਤਾੜੀਆਂ ਮਾਰਦੇ ਦੱਸ ਦੇ ਵੀ ਕੱਢਦੀ ਹੈ ਟੀਮ। ਲਓ ਜੀ ਦਰਸ਼ਕ ਵੀਰਾਂ ਦੀ ਵੀ ਪੂਰੀ ਸਹਿਮਤੀ ਹੈ, ਕਹਿੰਦੇ ਵੀ ਜਿਹੜੀ ਟੀਮ ਨਹੀਂ ਖੇਡਦੀ ਕੱਢ ਦਿਓ। ਦਰਸ਼ਕ ਵੀਰਾਂ ਦੀ ਵੀ ਜਿਹੜੀ ਸਹਿਮਤੀ ਹੈ, ਜਿਹੜੀ ਟੀਮ ਕਹਿੰਦੇ ਵੀ ਨਹੀਂ ਖੇਡ ਰਹੀ ਉਹਨੂੰ ਕੱਢ ਦਿਓ। ਮੇਰੀ ਬੇਨਤੀ ਹੈ ਜੀ ਨੇ ਜਿਹੜੀਆਂ ਟੀਮਾਂ ਨੂੰ ਮੈਂ ਸੱਦੇ ਦੇ ਰਿਹਾ ਪਲੇਅਰ ਜਿਹੜੇ ਜਲਦੀ ਗਰਾਊਂਡ 'ਚ ਆ ਜਾਣ। ਇੰਦਗੜ੍ਹ ਬਾਬਾ ਕਰਮ ਸਿੰਘ ਕਲੱਬ ਤੇ ਰਸੂਲਪੁਰ, ਬਾਂਦਰ ਡੋਰ ਤੇ ਗਗੜਾ ਵੀਰ, ਤਲਵੰਡੀ ਭਾਈ ਤੇ ਪੁਰਾਣੇ ਵਾਲਾ, ਕਿਸ਼ਨਪੁਰਾ ਤੇ ਗੁਰੂ ਸਰ ਲੰਡੇ, ਭਲੂਰ ਤੇ ਰਾਜਣਾ, ਪਿੰਡਰ ਤੇ ਰੱਜੀ ਵਾਲਾ, ਆਰ ਸ਼ਕੂਰ ਤੇ ਇੰਦਗੜ੍ਹ, ਸਾਰੇ ਮੈਚ ਮੈਂ ਘੱਟੋ ਘੱਟ 10-10 ਵਾਰੀ ਬੋਲਤੇ ਹੈ। ਟੀਮਾਂ ਮੇਰੀ ਬੇਨਤੀ ਹੈ ਜਲਦੀ ਗਰਾਊਂਡ 'ਚ ਆ ਜਾਣ। ਜਿਹੜੀ ਟੀਮ ਪਹਿਲਾਂ ਗਰਾਊਂਡ 'ਚ ਆਵੇਗੀ ਉਹਨੂੰ ਪਹਿਲੀ ਰੇਡ ਦੇਵਾਂਗੇ। ਜਿਹੜੀ ਟੀਮ ਪਹਿਲਾਂ ਗਰਾਊਂਡ 'ਚ ਆਉਂਦੀ ਹੈ ਉਹਨੂੰ ਪਹਿਲੀ ਰੇਡ ਦੇਵਾਂਗੇ। ਖਿਡਾਰੀ ਵੀਰੋ ਤੁਸੀਂ ਕੋਈ ਵਧੀਆ ਰਿਸਪਾਂਸ ਨਹੀਂ ਦੇ ਰਹੇ। ਦੇਖੋ ਮੈਂ ਬੋਲ ਕੇ ਪੈਸੇ ਲੈ ਜਾਣੇ ਆ, ਪਲੇਅਰਾਂ ਨੇ ਖੇਡ ਕੇ ਪੈਸੇ ਲੈਣੇ ਆ, ਅੰਪਾਇਰਾਂ ਨੇ ਅੰਪਾਇਰਿੰਗ ਕਰਕੇ ਪੈਸੇ ਲੈਣੇ, ਪਰ ਆਹ ਜਿਹੜੇ ਰੱਬ ਵਰਗੇ ਦਰਸ਼ਕ ਵੀਰ ਬੈਠੇ ਆ ਇਹਨਾਂ ਨੇ ਕਿਸੇ ਤੋਂ ਕੁਛ ਨਹੀਂ ਲੈ ਕੇ ਜਾਣਾ। ਮੇਰੀ ਬੇਨਤੀ ਆਪਾਂ ਇਹਨਾਂ ਵੀਰਾਂ ਦੀ ਕਦਰ ਕਰਨੀ ਜਿਹੜੇ ਸੁਬਾਹ ਤੋਂ ਲੈ ਕੇ ਭੁੱਖੇ ਤੇ ਆਏ ਬੈਠੇ ਆ, ਤੁਹਾਡੇ ਮੈਚ ਦੇਖਣ ਲਈ ਬੈਠੇ। ਜੇ ਤੁਸੀਂ ਨਹੀਂ ਖੇਡ ਰਹੇ ਤਾਂ ਬੜੀ ਮਾੜੀ ਗੱਲ ਆ। ਮੇਰੀ ਬੇਨਤੀ ਹੈ ਘੱਟੋ ਘੱਟ ਵੀ 20,000 ਦਰਸ਼ਕ ਜੁੜਿਆ ਬੈਠਾ ਅੱਜ ਇੰਟਰਨੈਟ ਦੇ ਜ਼ਰੀਏ, ਤੇ ਆਪਾਂ ਉਹਨਾਂ ਵੀਰਾਂ ਦੀ ਜਿਹੜੀ ਕਦਰ ਕਰਨੀ ਹੈ ਸਾਡੇ ਇਹਨਾਂ ਦਰਸ਼ਕ ਵੀਰਾਂ ਦੀ। ਮੇਰੀ ਬੇਨਤੀ ਹੈ ਪਲੇਅਰ ਜਿਹੜੇ ਸਾਥ ਦਿਓ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ 'ਚ ਆਉਣ ਤਾਂ ਜੋ ਮੈਚ ਜਿਹੜੇ ਜਿੰਨੀ ਜਲਦੀ ਜਿਹੜੀ ਵੀਰੇ ਤੁਸੀਂ ਆਓਗੇ ਗਰਾਊਂਡ ਦੇ ਵਿੱਚ ਉਨੀ ਜਲਦੀ ਜਿਹੜੇ ਮੈਚ ਨੇਪਰੇ ਚੜਨਗੇ। ਗਗੜਾ ਵੀਰ ਗਰਾਊਂਡ ਦੇ ਵੱਲੋਂ ਆ ਰਹੀ ਹੈ, ਬਾਂਦਰ ਦੌੜ ਦੀ ਟੀਮ ਆਵੇ, ਰਸੂਲਪੁਰ ਆ ਰਹੀ ਹੈ ਇੰਦਗੜ੍ਹ ਦੀ ਟੀਮ ਆਵੇ, ਨਾਲ ਹੀ ਤਲਵੰਡੀ ਭਾਈ ਤੇ ਪੁਰਾਣੇ ਵਾਲਾ, ਲੰਡੇ ਤੇ ਕਿਸ਼ਨਪੁਰਾ, ਰਾਜਿਆਂ ਤੇ ਭਲੂਰ, ਪਿੰਡਰ ਤੇ ਰੱਜੀ ਵਾਲਾ, ਔਰ ਇੰਦਗੜ੍ਹ ਤੇ ਸ਼ਕੂਰ। ਇਹ ਟੀਮਾਂ ਖੇਡ ਗਰਾਊਂਡ ਦੇ ਵੱਲ ਨੂੰ ਪੁੱਜਣਗੀਆਂ। ਜਿਹੜੀ ਟੀਮ ਗਰਾਊਂਡ 'ਚ ਨਹੀਂ ਆਉਂਦੀ ਅਸੀਂ ਉਹ ਟੀਮ ਕੱਢ ਦੇਣੀ ਹੈ। ਇਹ ਟੀਮਾਂ ਨੋਟ ਕਰ ਲੈਣ। ਗਗੜਾ ਵੀਰ ਤੇ ਬਾਂਦਰ ਦੌੜ
ਤਲਵੰਡੀ ਭਾਈ ਤੇ ਪੁਰਾਣੇ ਵਾਲਾ ਰਸੂਲਪੁਰ ਤੇ ਕਰਮ ਸਿੰਘ ਕਲੱਬ ਇੰਦਗੜ ਨਾਲ ਹੀ ਤਲਵੰਡੀ ਭਾਈ ਤੇ ਪੁਰਾਣੇ ਵਾਲਾ ਲੰਡੇ ਤੇ ਕਿਸ਼ਨਪੁਰਾ ਭਲੂਰ ਤੇ ਰਾਜਿਆਣਾ ਭਿੰਡਰ ਦੇ ਰਜੀ ਵਾਲਾ ਵੀਰ ਜੀ ਕੋਈ ਵੀ ਪਲੇਅਰ ਜਿਹੜੇ ਸਾਡੇ ਪ੍ਰਬੰਧਕ ਵੀਰ ਆ ਰਹੇ ਨੇ ਕੋਈ ਸਾਨੂੰ ਪਤਾ ਲੱਗਾ ਵੀ ਪਲੇਅਰ ਜਿਹੜੇ ਟੀਮਾਂ ਰੋਕ ਰਹੇ ਹੈ ਇਹ ਸਾਡੀ ਬੇਨਤੀ ਹੈ ਖਾਸ ਤੌਰ ਤੇ ਹਦਾਇਤ ਵੀ ਹੈ ਵੀ ਕੋਈ ਵੀ ਪਲੇਅਰ ਜਿਹੜਾ ਟੀਮਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੇ ਤੁਸੀਂ ਇੱਕ ਦੂਜੇ ਤੇ ਪ੍ਰੈਸ਼ਰ ਪਾ ਰਹੇ ਹੋ ਵੀ ਨਹੀਂ ਖੇਡਣਾ ਬੜੀ ਮਾੜੀ ਗੱਲ ਹੈ ਤੁਹਾਡੇ ਵਾਸਤੇ ਟੂਰਨਾਮੈਂਟ ਤੁਹਾਡੇ ਲਈ ਕਰਵਾਇਆ ਹੈ ਜਿਹੜੇ ਲੱਖਾਂ ਰੁਪਈਆ ਲਾ ਕੇ ਤੁਹਾਡੇ ਲਈ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਬੇਨਤੀ ਹੈ ਸਾਡੇ ਖਿਡਾਰੀ ਵੀਰਾਂ ਨੂੰ ਮੇਰੀ ਵੀ ਇੱਦਾਂ ਦੀਆਂ ਜਿਹੜੀਆਂ ਹਰਕਤਾਂ ਨਹੀਂ ਕਰਨੀਆਂ ਸਾਡੀ ਬੇਨਤੀ ਹੈ ਪਲੇਅਰਾਂ ਨੂੰ ਵੀ ਤੁਸੀਂ ਸਾਡਾ ਸਾਥ ਦਿਓ ਹੁਣ ਜਿਹੜਾ ਪ੍ਰਬੰਧਕਾਂ ਨੇ ਜਿਵੇਂ ਫੈਸਲਾ ਕਰਤਾ ਉਵੇਂ ਹੀ ਮੈਚ ਹੋਣਗੇ ਅਗਲੇ ਰਾਉਂਡ 'ਚ ਸਾਰ ਦੇ ਜੇ ਤੁਹਾਨੂੰ ਕੋਈ ਇਤਰਾਜ਼ ਵੀ ਲੱਗਦਾ ਨਾ ਅਗਲੇ ਰਾਉਂਡ 'ਚ ਸਭ ਨੂੰ ਸਾਰਿਆਂ ਦੇ ਸਾਹਮਣੇ ਟਾਈਆਂ ਕੱਢ ਦਿਆਂਗੇ ਜੇ ਤੁਹਾਨੂੰ ਲੱਗਦਾ ਕੋਈ ਇਤਰਾਜ਼ ਹੈ ਅਗਲੇ ਰਾਉਂਡ ਤੁਹਾਡੇ ਸਾਰਿਆਂ ਦੇ ਸਾਹਮਣੇ ਟਾਈਆਂ ਕੱਢ ਦਿਆਂਗੇ ਹਾਂਜੀ 70 ਕਿਲੋ ਦੀਆਂ ਫਾਈਨਲ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ 70 ਕਿਲੋ ਭਾਰ ਦੀਆਂ ਫਾਈਨਲ ਮੈਚ ਦੀਆਂ ਟੀਮਾਂ ਦੋਨੋਂ ਗਰਾਊਂਡ 'ਚ ਆ ਜਾਣ ਤੇਜੀ ਰਾਮੋ ਵਾਲੀ ਆ ਸਾਡਾ ਵੀਰ ਵਿਸ਼ੇਸ਼ ਤੌਰ ਤੇ ਪੁੱਜਾ ਹੋਇਆ ਹੈ ਸਾਡੇ ਵੀ ਸੋਨੀ ਸਵਾਦੀ ਹੋਣੀ ਸੋਨੀ ਦਾਦਰ ਹੋਣੀ ਧਾਨੇ ਬੈਰੋਕੇ ਵਾਲੇ ਹੋਣੀ ਬਦਰੀ ਦੇ ਰਾਜ ਹੋਣੀ ਬੈਠੇ ਨੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਮਿੰਟਨ ਵਾਲੇ ਉਹ ਵੀਰ ਸਪਾਂਸਰ ਕਰਦੇ ਨੇ ਇਹਨਾਂ ਟੀਮਾਂ ਇਸ ਵੀਰ ਦੀ ਟੀਮ ਨੂੰ 70 ਕਿਲੋ ਭਾਰ ਦੀਆਂ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਖੇਡ ਗਰਾਊਂਡ 'ਚ ਪੁੱਜੇ ਹਨ ਇੱਕ ਮਿੰਟ ਦੇ ਵਿੱਚ ਵਿੱਚ ਟੀਮਾਂ ਗਰਾਊਂਡ 'ਚ ਪਹੁੰਚ ਰਹੀਆਂ ਦਰਸ਼ਕ ਵੀਰੋ ਇੱਕ ਮਿੰਟ ਦੇ ਵਿੱਚ ਵਿੱਚ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਰਹੀਆਂ ਹਾਂਜੀ 70 ਕਿਲੋ ਭਾਰ ਦੀਆਂ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਖੇਡ ਗਰਾਊਂਡ 'ਚ ਆ ਜਾਣ ਹਿੰਦੇ ਕਿਹੜੀਆਂ ਟੀਮਾਂ ਮਿੰਦੂ ਬਾਈ ਪੁਰਾਣੇ ਵਾਲਾ ਏ ਤੇ ਖੁਖਰਾਣਾ ਦੋਨੋਂ ਟੀਮਾਂ ਜਿਹੜੀਆਂ 70 ਕਿਲੋ ਭਾਰ ਦੀਆਂ ਖੇਡ ਗਰਾਊਂਡ 'ਚ ਆ ਜਾਣ ਪੁਰਾਣੇ ਵਾਲਾ ਏ ਤੇ ਖੁਖਰਾਣਾ ਦੋਨੋਂ ਟੀਮਾਂ ਖੇਡ ਗਰਾਊਂਡ 'ਚ ਆ ਜਾਣ 70 ਕਿਲੋ ਦੀਆਂ ਫਾਈਨਲ ਦੀਆਂ ਟੀਮਾਂ ਬਿਲਕੁਲ ਜੀ ਜੇਕਰ ਪਲੇਅਰ ਵੀਰਾਂ ਨੂੰ ਬੇਨਤੀ ਵੀ ਸਾਡਾ ਸਾਥ ਦਿਓ ਜੇ ਤੁਹਾਨੂੰ ਕੋਈ ਇਤਰਾਜ਼ ਲੱਗਦਾ ਨਾ ਤੇ ਅਗਲੇ ਰਾਊਂਡ 'ਚ ਅਸੀਂ ਸਾਰਿਆਂ ਦੇ ਸਾਹਮਣੇ ਗਰਾਊਂਡ 'ਚ ਟਾਈਆਂ ਕੱਢ ਦਿਆਂਗੇ ਵੈਸੇ ਤਾਂ ਹੁਣ ਵੀ ਕੋਈ ਪੱਖਪਾਤ ਨਹੀਂ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਵੀ ਸਾਰਿਆਂ ਦੇ ਸਾਹਮਣੇ ਟਾਈਆਂ ਕੱਢਾਂਗੇ ਅਗਲੇ ਰਾਊਂਡ ਦੇ ਵਿੱਚ ਪਰ ਤੁਸੀਂ ਸਾਡਾ ਸਾਥ ਦਿਓ ਟੀਮਾਂ ਖੇਡਣ ਸਾਡੀ ਬੇਨਤੀ ਹੈ 70 ਕਿਲੋ ਭਾਰ ਦੀਆਂ ਦੋਨੋਂ ਫਾਈਨਲ ਦੀਆਂ ਟੀਮਾਂ ਖੇਡ ਗਰਾਊਂਡ 'ਚ ਪੁੱਜੇ ਹਨ ਖੁਖਰਾਣਾ ਤੇ ਮੇਰੀ ਬੇਨਤੀ ਪੁਰਾਣੇ ਵਾਲਾ ਇਹ ਖੁਖਰਾਣਾ ਤੇ ਪੁਰਾਣੇ ਵਾਲਾ ਇਹ ਦੋਨੋਂ ਟੀਮਾਂ ਕਰ ਤਿਆਰੀਆਂ ਖੇਡ ਦੇ ਮੈਦਾਨ ਦੇ ਵੱਲੋਂ ਆ ਜਾਣ
70 ਕਿਲੋ ਫਾਈਨਲ ਦੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ 'ਚ ਪਹੁੰਚੋ। 70 ਕਿਲੋ ਫਾਈਨਲ ਦਾ ਮੈਚ ਹੋਣ ਵਾਲੀਆਂ ਟੀਮਾਂ ਦੋਨੇ ਜਲਦੀ ਤੋਂ ਜਲਦੀ ਗਰਾਊਂਡ 'ਚ ਪਹੁੰਚੋ। ਪੁਰਾਣੇ ਵਾਲ ਤੇ ਤਲਵੰਡੀ ਭਾਈ ਦਾ ਮੈਚ ਹੈ ਜੀ। ਪੁਰਾਣੇ ਵਾਲ ਆ ਗਈ ਆ, ਤਲਵੰਡੀ ਭਾਈ ਆਓ ਗਰਾਊਂਡ 'ਚ। ਮੇਰੀ ਬੇਨਤੀ ਹੈ ਟੀਮਾਂ ਸਾਥ ਦੇਣ, 70 ਕਿਲੋ ਦੀਆਂ ਫਾਈਨਲ ਦੀਆਂ ਟੀਮਾਂ ਵੀ ਖੇਡ ਗਰਾਊਂਡ 'ਚ ਆ ਜਾਣ। ਪੁਰਾਣੇ ਵਾਲ ਆ ਚੁੱਕੀ ਆ, ਤਲਵੰਡੀ ਭਾਈ ਆਵੇ ਗਰਾਊਂਡ ਦੇ ਵਿੱਚ। ਨਾਲ ਹੀ ਗਗੜਾ ਵੀ ਆਈ ਖੜੀ ਆ, ਮੇਰੀ ਬੇਨਤੀ ਗਗੜਾ ਵੀ ਦੂਜੀ ਅਸੀਂ ਕੱਢ ਦੇਣੀ। ਗਗੜੇ ਵਾਲੇ ਆਓ ਗਰਾਊਂਡ 'ਚ, ਤੁਹਾਨੂੰ ਵਾਕ ਓਵਰ ਦਿੰਦੇ ਹਾਂ। 2 ਮਿੰਟ ਦਾ ਸਮਾਂ ਦੇ ਕੇ ਅਸੀਂ ਬਾਂਦਰ ਡੋਰ ਨੂੰ ਕੱਟਾਂਗੇ, ਜੇਕਰ ਨਹੀਂ ਆਉਂਦੇ ਗਰਾਊਂਡ 'ਚ। ਗਗੜੇ ਦੀ ਟੀਮ ਵੀ ਗਰਾਊਂਡ 'ਚ ਆਵੇ, ਗਗੜਾ ਵੀ ਗਰਾਊਂਡ 'ਚ ਆਓ ਜੀ। ਪੁਰਾਣੇ ਵਾਲਾ ਆ ਗਈ ਆ, ਤਲਵੰਡੀ ਭਾਈ ਆਵੇ। ਨਾਲ ਹੀ ਕਿਸ਼ਨਪੁਰਾ ਤੇ ਗੁਰੂਸਰ ਲੰਡੇ, ਰਾਜਿਆਣਾ ਤੇ ਭਲੂਰ, ਭਿੰਡਰ ਤੇ ਰੱਜੀਵਾਲਾ, ਸਕੂਰ ਤੇ ਕਿਸ਼ਨਪੁਰਾ, ਸਕੂਰ ਤੇ ਇੰਦਗੜ੍ਹ, ਇਹ ਟੀਮਾਂ ਜਿਹੜੀਆਂ ਖੇਡ ਦੇ ਮੈਦਾਨ ਦੇ ਵੱਲੋਂ ਆ ਜਾਣ। ਮੇਰੀ ਬੇਨਤੀ ਹੈ, ਪਲੇਅਰ ਕਰਕੇ ਤਿਆਰੀਆਂ ਖੇਡ ਗਰਾਊਂਡ ਦੇ ਵੱਲੋਂ ਪਹੁੰਚਣ। ਜਿਵੇਂ ਜਿਵੇਂ ਮੈਂ ਟੀਮਾਂ ਨੂੰ ਸੱਦੇ ਦੇ ਰਿਹਾ, ਉਵੇਂ ਉਵੇਂ ਪਲੇਅਰ ਜਿਹੜੇ ਖੇਡ ਗਰਾਊਂਡ 'ਚ ਆ ਜਾਣ। ਮੇਰੀ ਬੇਨਤੀ ਹੈ ਪਲੇਅਰਾਂ ਨੂੰ, ਜਿਵੇਂ ਜਿਵੇਂ ਅਸੀਂ ਸੱਦੇ ਦੇ ਰਹੇ ਹਾਂ, ਉਵੇਂ ਉਵੇਂ ਟੀਮਾਂ ਜਿਹੜੀਆਂ ਖੇਡ ਦੇ ਮੈਦਾਨ ਦੇ ਵੱਲ ਆਉਣਗੀਆਂ। ਮੇਰੀ ਬੇਨਤੀ ਹੈ, ਗਗੜਾ ਬੀ ਤੇ ਬਾਂਦਰ ਡੋਰ ਦਾ ਮੈਚ ਹੈ, ਗਗੜਾ ਬੀ ਆਓ ਜੀ ਗਰਾਊਂਡ ਦੇ ਵਿੱਚ, ਤੁਹਾਨੂੰ ਵਾਕ ਓਵਰ ਦਿੰਦੇ। ਜੇ ਬਾਂਦਰ ਡੋਰ ਨਹੀਂ ਆਉਂਦੀ, ਕਿਸ਼ਨਪੁਰੇ ਦੀ ਟੀਮ ਵੀ ਆਓ ਜੀ। ਕਿਸ਼ਨਪੁਰੇ ਦਾ ਮੈਚ ਲੰਡਿਆਂ ਦੇ ਨਾਲ ਹੈ, ਕਿਸ਼ਨਪੁਰਾ ਆ ਰਹੀ ਹੈ ਗਰਾਊਂਡ ਦੇ ਵਿੱਚ ਲੰਡਿਆਂ ਵਾਲੇ, ਤੁਸੀਂ ਵੀ ਆ ਜਾਓ। ਨਹੀਂ, ਅਸੀਂ ਕਿਸ਼ਨਪੁਰੇ ਨੂੰ ਵਾਕ ਓਵਰ ਦੇਵਾਂਗੇ। ਕਾਲੂ ਵੀਰੇ ਟੀ ਸ਼ਰਟ ਬਾਹਰ ਲਾ ਦਿਓ। ਮੇਰੀ ਬੇਨਤੀ ਹੈ ਸਾਡੇ ਪਲੇਅਰਾਂ ਨੂੰ, ਗਗੜਾ ਬੀ ਆ ਗਈ ਹੈ ਜੀ। ਅਸੀਂ ਬਾਂਦਰ ਡੋਰ ਨੂੰ 2 ਮਿੰਟ ਦਾ ਸਮਾਂ ਦੇ ਰਹੇ ਹਾਂ, ਗਗੜਾ ਬੀ ਪਹੁੰਚ ਚੁੱਕੀ ਹੈ। ਬਾਂਦਰ ਡੋਰ ਦੀ ਟੀਮ ਨੂੰ ਅਸੀਂ 2 ਮਿੰਟ ਦਾ ਸਮਾਂ ਦੇ ਰਹੇ ਹਾਂ। ਨਾਲ ਹੀ ਪੁਰਾਣੇ ਵਾਲ ਦੀ ਟੀਮ ਆ ਗਈ ਹੈ ਖੇਡ ਮੈਦਾਨ ਦੇ ਵਿੱਚ, ਤੇ ਜਿਹੜੀ ਟੀਮ ਦੂਸਰੀ ਹੈ ਤਲਵੰਡੀ ਭਾਈ। ਤਲਵੰਡੀ ਵਾਲੇ ਆਓ ਮੇਰੇ ਵੀਰ, ਤਲਵੰਡੀ ਭਾਈ ਹੱਥ ਖੜਾ ਕਰੋ। ਬਾਂਦਰ ਡੋਰ ਦੀ ਟੀਮ ਆਓ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ। ਗੇਜੀ ਜੇ ਖੇਡਣਾ ਸਾਨੂੰ ਤਾਂ ਵੀ ਦੱਸ ਦਿਓ ਵੀਰੇ, ਜੇ ਨਹੀਂ ਖੇਡਣਾ ਤਾਂ ਵੀ ਦੱਸ ਦਿਓ, ਅਸੀਂ ਤੁਹਾਨੂੰ ਵਾਜਾਂ ਮਾਰੀ ਜਾਂਦੇ ਹਾਂ, ਤੁਸੀਂ ਗਰਾਊਂਡ 'ਚ ਨਹੀਂ ਆ ਰਹੇ। ਬਾਂਦਰ ਡੋਰ ਦੀ ਸੋਨੇ ਹੋਣੀ ਸਾਡੇ ਵੀਰ ਕਾਲੇ ਹੋਣੀ, ਉਹ ਸਾਨੂੰ ਦੱਸ ਦੇਣ ਆ ਕੇ ਵੀ ਖੇਡਣਾ ਜਾਂ ਨਹੀਂ। ਹਾਂਜੀ ਬਾਈ, 1 ਮਿੰਟ ਦਾ ਟਾਈਮ ਦਿਓ ਬਾਂਦਰ ਡੋਰ ਨੂੰ, 1 ਮਿੰਟ ਦਾ ਟਾਈਮ ਹੈ, ਨਹੀਂ ਤਾਂ ਗਗੜਾ ਜੇਤੂ ਕਰਾਰ ਦੇ ਦਿਓ। ਠੀਕ ਹੈ ਜੀ, ਬਾਂਦਰ ਡੋਰ ਨੂੰ ਸਿਰਫ 1 ਮਿੰਟ ਦਾ ਸਮਾਂ, ਨਹੀਂ ਅਸੀਂ ਗਗੜੇ ਨੂੰ ਵਾਕ ਓਵਰ ਦੇਵਾਂਗੇ। ਮੇਰੀ ਬੇਨਤੀ ਹੈ ਦਰਸ਼ਕ ਵੀਰੋ, ਮੈਂ ਬਾਰ ਬਾਰ ਬੋਲ ਰਿਹਾ, ਖਿਡਾਰੀ ਵੀਰੋ, ਦਰਸ਼ਕ ਵੀਰ ਜਿਹੜੇ ਤੁਹਾਡੇ ਮੈਚ ਦੇਖਣ ਲਈ ਹੀ ਬੈਠੇ ਹੈ ਤੇ ਤੁਸੀਂ ਕੋਈ ਵਧੀਆ ਰਿਸਪਾਂਸ ਨਹੀਂ ਦੇ ਰਹੇ, ਮੇਰੀ ਬੇਨਤੀ ਹੈ ਟੀਮਾਂ ਜਿਹੜੀਆਂ ਜਲਦੀ ਗਰਾਊਂਡ 'ਚ ਆਉਣ। ਬਾਂਦਰ ਡੋਰ, ਬਾਂਦਰ ਡੋਰ ਦੀ ਟੀਮ ਕਿਤੇ ਆ ਰਹੀ ਤਾਂ ਸਾਨੂੰ ਹੱਥ ਖੜਾ ਕਰੋ। ਬਾਂਦਰ ਡੋਰ ਵਾਲਿਓ ਹੱਥ ਖੜਾ ਕਰੋ ਜੇ ਆ ਰਹੇ ਹੋ ਤਾਂ। ਬਾਂਦਰ ਡੋਰ ਆ ਰਹੀ ਹੈ ਕਿ ਨਹੀਂ ਜੀ, ਦੱਸੋ ਸਾਨੂੰ ਮੇਰੇ ਵੀਰ। ਬਾਂਦਰ ਡੋਰ
ਸੋਨੇ ਹੱਥ ਖੜਾ ਕਰ ਦਿਓ ਵੀਰੇ ਇੱਕ ਵਾਰੀ ਜੇ ਆ ਰਹੇ ਹੋ ਗਰਾਊਂਡ ਦੇ ਵੱਲ ਨੂੰ। ਬਾਂਦਰ ਰੋਡ ਦੀ ਟੀਮ ਮੈਨੂੰ ਲੱਗਦਾ ਵੀ ਆ ਰਹੀ ਹੈ ਗਰਾਊਂਡ ਦੇ ਵੱਲ ਨੂੰ, ਆਓ ਮੇਰੇ ਵੀਰ ਜਲਦੀ ਤੋਂ ਜਲਦੀ ਮੈਚ ਖੇਡਿਆ ਜਾਣਾ ਜਿਹੜਾ ਬਾਂਦਰ ਰੋਡ ਤੇ ਗਗੜੇ ਦਾ। ਤਲਵੰਡੀ ਭਾਈ ਆਵੇ ਪੁਰਾਣੇਵਾਲ ਪਹੁੰਚ ਗਈ ਹੈ ਨਾਲ ਹੀ ਕਿਸ਼ਨਪੁਰਾ, ਤੇ ਜਿਹੜਾ ਮੈਚ ਖੇਡਿਆ ਜਾਣਾ ਹੈ ਲੰਡੇ ਪਿੰਡ ਦੀਆਂ ਟੀਮਾਂ ਦੇ ਦਰਮਿਆਨ। ਬਾਂਦਰ ਡੋਡ ਵੀ ਆ ਗਈ ਹੈ ਜੀ ਗਰਾਊਂਡ ਤੋਂ। ਲਓ ਜੀ ਮੈਚ ਜਿਹੜਾ ਖੇਡਿਆ ਜਾਣਾ ਹੈ ਨਾਲ ਹੀ, ਇਸ ਤੋਂ ਬਾਅਦ ਤਲਵੰਡੀ ਭਾਈ ਆਵੇ ਪੁਰਾਣੇ ਵਾਲਾ ਪਹੁੰਚ ਚੁੱਕੀ ਹੈ, ਉਸ ਤੋਂ ਬਾਅਦ ਕਿਸ਼ਨਪੁਰਾ ਤੇ ਲੰਡੇ ਰਾਜਣ ਤੇ ਪਲੂਰ ਭਿੰਡਰ ਤੇ ਰੱਜੀਵਾਲਾ ਅਰਸ਼ਕੂਰ ਤੇ ਇੰਦਗੜ, ਇਹ ਟੀਮਾਂ ਜਿਹੜੀਆਂ ਆਪਾਂ ਆਪਣੇ ਮੈਚਾਂ ਦੇ ਮੁਤਾਬਕ ਖੇਡ ਗਰਾਊਂਡ ਦੇ ਵੱਲ ਨੂੰ ਆ ਜਾਣ। ਜਿਵੇਂ ਜਿਵੇਂ ਮੈਂ ਟੀਮਾਂ ਨੂੰ ਸੱਦੇ ਦੇ ਰਿਹਾ ਹੈ ਉਵੇਂ ਉਵੇਂ ਟੀਮਾਂ ਜਿਹੜੀਆਂ ਖੇਡ ਗਰਾਊਂਡ ਪਹੁੰਚਣਗੀਆਂ। ਦਰਸ਼ਕ ਵੀਰੇ ਤੁਸੀਂ ਜਿਹੜਾ ਖਿਡਾਰੀ ਵੀਰੋ ਸਾਡਾ ਸਾਥ ਦੇਣਾ ਹੈ ਜਲਦੀ ਨਾਲ ਟੀਮਾਂ ਜਿਹੜੀਆਂ ਗਰਾਊਂਡ ਚ ਆਉਣਗੇ ਜੀ, ਦੌੜ ਕੇ ਆ ਜਾਓ ਮੇਰੇ ਵੀਰ, ਆਓ ਮੇਰੇ ਵੀਰ ਦੌੜ ਕੇ ਜਲਦੀ ਨਾਲ। ਬੇਨਤੀ ਹੈ ਬਾਂਦਰ ਡੋਡ ਦੀ ਟੀਮ ਜਿਹੜੀ ਆ ਰਹੀ ਹੈ, ਬਾਂਦਰ ਡੋਡ ਤੇ ਗਗੜੇ ਦਾ ਜਿਹੜਾ ਮੈਚ ਖੇਡਿਆ ਜਾਣਾ ਹੈ। ਜਿੰਦਰ ਟੀ ਸ਼ਰਟਾਂ ਜਿਹੜੀਆਂ ਬਾਹਰ ਲਾ ਦਿਓ ਮੇਰੇ ਵੀਰ, ਜਿੰਦਰ ਉਹਨੀ ਸਾਡੇ ਵੀਰ ਕਾਲੋ ਦੀ ਟੀ ਸ਼ਰਟਾਂ ਜਿਹੜੀਆਂ ਪਲੇਅਰ ਆਪਣੀਆਂ ਜਿਹੜੀਆਂ ਬਾਹਰ ਲਾ ਦੇਣ, ਮੇਰੀ ਬੇਨਤੀ ਹੈ ਸਾਡੇ ਪਲੇਅਰ ਵੀਰਾਂ ਨੂੰ, ਬੜੇ ਵਧੀਆ ਖਿਡਾਰੀ ਨੇ। ਨਾਲ ਹੀ ਇਸ ਤੋਂ ਅਗਲੇ ਮੈਚ ਲਈ ਤਲਵੰਡੀ ਭਾਈ ਤੇ ਪੁਰਾਣੇ ਵਾਲਾ ਟੀਮਾਂ ਤਿਆਰੀ ਰੱਖਣਗੀਆਂ, ਉਸ ਤੋਂ ਬਾਅਦ ਕਿਸ਼ਨਪੁਰਾ ਤੇ ਲੰਡੇ, ਭਲੂਰ ਤੇ ਰਾਜਿਆਣਾ, ਭਿੰਡਰ ਤੇ ਰੱਜੀਵਾਲਾ, ਅਰਸ਼ਕੂਰ ਤੇ ਇੰਦਗੜ, ਇਹਨਾਂ ਟੀਮਾਂ ਦੇ ਦਰਮਿਆਨ ਜਿਹੜੇ ਮੈਚ ਖੇਡੇ ਜਾਣੇ ਆ ਟੀਮਾਂ ਖੇਡ ਗ੍ਰਾਊਂਡ ਦੇ ਵੱਲ ਨੂੰ ਆ ਜਾਣ। ਜਿਵੇਂ ਜਿਵੇਂ ਅਸੀਂ ਸੱਦੇ ਦੇ ਰਹੇ ਹਾਂ ਉਵੇਂ ਉਵੇਂ ਟੀਮਾਂ ਜਿਹੜੀਆਂ ਖੇਡ ਦੇ ਮੈਦਾਨ ਦੇ ਵੱਲ ਨੂੰ ਪਹੁੰਚਣਗੀਆਂ। ਬਿਲਕੁਲ ਜੀ, ਸਾਡੀ ਬੇਨਤੀ ਹੈ ਪਲੇਅਰਾਂ ਨੂੰ ਸਾਡਾ ਸਾਥ ਦਿਓ। ਜਿਹੜੀ ਟੀਮ ਅੱਜ ਨਹੀਂ ਖੇਡ ਰਹੀ, ਅਸੀਂ ਆਉਂਦੇ ਸਾਲ ਨੂੰ ਟੀਮ ਨਹੀਂ ਐਂਟਰ ਕਰ ਰਹੀ, ਸਾਡੇ ਕੋਲ 10 ਟੀਮਾਂ ਜਿਹੜੀਆਂ ਅਸੀਂ ਮੋੜੀਆਂ ਹੈ ਬਿਨਾਂ ਐਂਟਰੀ ਤੋਂ, ਅਸੀਂ 32 ਟੀਮਾਂ ਇਕੱਲੀਆਂ ਐਂਟਰ ਕਰੀਆਂ, ਸਾਡੇ ਕੋਲੋਂ 10 ਟੀਮਾਂ ਜਿਹੜੀਆਂ ਵਾਪਸ ਮੁੜ ਕੇ ਗਈਆਂ, ਤੇ ਅਸੀਂ ਜਿਹੜੀ ਟੀਮ ਹੁਣ ਨਹੀਂ ਖੇਡ ਰਹੀ ਅਸੀਂ ਉਹ ਟੀਮ ਦੁਬਾਰਾ ਆਉਂਦੇ ਸਾਲ ਨੂੰ ਐਂਟਰ ਨਹੀਂ ਕਰਾਂਗੇ। ਬਾਂਦਰ ਦੌੜ ਤੇ ਗਗੜੇ ਦਾ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ, ਦੋਨੋਂ ਟੀਮਾਂ ਖੇਡ ਗਰਾਊਂਡ 'ਤੇ ਆ ਜਾਣ। ਬਾਂਦਰ ਦੌੜ ਵਰਸਿਜ ਗਗੜਾ, ਦੋਨੋਂ ਟੀਮਾਂ ਜਿਹੜੀਆਂ ਖੇਡ ਮੈਦਾਨ 'ਚ ਆ ਜਾਣ। ਨਾਲ ਹੀ ਤਲਵੰਡੀ ਭਾਈ ਤੇ ਪੁਰਾਣੇ ਵਾਲੇ ਦਾ ਮੈਚ ਖੇਡਿਆ ਜਾਣਾ ਹੈ, ਔਰ ਇਸ ਤੋਂ ਬਾਅਦ ਕਿਸ਼ਨਪੁਰਾ ਤੇ ਰਾਜਿਆਣਾ, ਔਰ ਭਲੂਰ ਤੇ ਰਾਜਿਆਣਾ, ਕਿਸ਼ਨਪੁਰਾ ਤੇ ਲੰਡੇ, ਭਿੰਡਰ ਤੇ ਰੱਜੀਵਾਲਾ, ਅਰਸ਼ਕੂਰ ਤੇ ਇੰਦਗੜ। ਇੱਧਰ ਸਾਡਾ ਵੀਰ ਭਿੰਡਰਾਂ ਵਾਲਾ ਆਇਆ ਇਹਨੇ ਜਿਹੜਾ ਇੱਕ ਲੱਤ ਦੇ ਨਾਲ ਕਬੱਡੀ ਦੀ ਖੇਡ ਗਰਾਊਂਡ ਦਾ ਚੱਕਰ ਲਾ ਕੇ ਦਿਖਾਉਣਾ, ਲੱਤ ਤੋਂ ਹੈਂਡੀਕੈਪਟ ਹੈ, ਆਪਾਂ ਇਹਦਾ ਵੀ ਕਰਤੱਵ ਦੇਖਾਂਗੇ, ਇਹਨੂੰ ਵੀ ਜਿਹੜੇ ਮਾਣ ਪਿਆਰ ਬਖਸ਼ਣੇ ਆ। ਤਾੜੀਆਂ ਮਾਰ ਦਿਓ ਇਸ ਵੀਰ ਦੇ ਲਈ, ਲੱਤ ਤੋਂ ਹੈਂਡੀਕੈਪਟ ਹੈ, ਇੱਕ ਲੱਤ ਦੇ ਨਾਲ ਜਿਹੜਾ ਚੱਕਰ ਲਾ ਕੇ ਦਿਖਾ ਰਿਹਾ ਹੈ ਇਸ ਖੇਡ ਗਰਾਊਂਡ ਦਾ।
ਬਾਂਦਰ ਡੋਡ ਵਾਲੇ ਖੇਡਣਾ ਕਿ ਨਹੀਂ। ਤਾਰੀ ਮੈਂਬਰ ਜੀ, ਤਾਰੀ ਮੈਂਬਰ ਜੀ ਇੱਧਰ ਬਾਈ ਜੀ ਬਾਂਦਰ ਡੋਡ ਦੀ ਟੀਮ ਨੂੰ ਅਸੀਂ ਕੱਟਣ ਜਾ ਰਹੇ ਜੀ, ਇੱਕ ਮਿੰਟ ਦਾ ਸਮਾਂ ਬਾਂਦਰ ਡੋਡ ਨੂੰ, ਬਾਂਦਰ ਡੋਡ ਦੀ ਟੀਮ ਨੂੰ ਸਿਰਫ ਇੱਕ ਮਿੰਟ ਦਾ ਸਮਾਂ ਰਹੀ, ਤੁਹਾਡੀਆਂ ਮਿਹਨਤਾਂ ਕਰਦੇ ਆ, ਕਾਹਦੋਂ ਕਰਦੇ ਆ, ਕੱਟਤੀ ਜੀ ਬਾਂਦਰ ਡੋਡ, ਬਾਂਦਰ ਡੋਡ ਕੱਟਦੀ ਹੈ ਜੀ, ਗਗੜਾ ਬੀ ਜੇਤੂ ਹੈ, ਗਗੜਾ ਬੀ ਜੇਤੂ ਹੈ ਜੀ, ਬਾਂਦਰ ਡੋਡ ਕੱਟਤੀ ਹੈ। ਪੁਰਾਣੇ ਵਾਲਾ ਆਓ ਜੀ, ਗਰਾਉਂਡ ਤੇ ਤਲਵੰਡੀ ਭਾਈ, ਪੁਰਾਣੇ ਵਾਲਾ ਤੇ ਤਲਵੰਡੀ ਭਾਈ, ਬਾਂਦਰ ਡੋਡ ਕੱਟਤੀ ਹੈ ਜੀ, ਗਗੜਾ ਬੀ ਜੇਤੂ ਆ, ਪੁਰਾਣੇ ਵਾਲਾ ਤੇ ਤਲਵੰਡੀ ਭਾਈ ਗਰਾਉਂਡ 'ਚ ਆ ਜਾਣ, ਪੁਰਾਣੇ ਵਾਲਾ ਤੇ ਤਲਵੰਡੀ ਭਾਈ ਦੋਨੋਂ ਟੀਮਾਂ ਖੇਡ ਗਰਾਉਂਡ 'ਚ ਆ ਜਾਣ। ਹਾਂਜੀ, ਜਿਹੜੀ ਟੀਮ ਹੁਣ ਨਹੀਂ ਖੇਡ ਰਹੀ, ਅਸੀਂ ਆਉਂਦੇ ਸਾਲ ਨੂੰ ਟੀਮਾਂ ਨਹੀਂ ਐਂਟਰ ਕਰਨੀਆਂ, ਨਾਮ ਅਸੀਂ ਇਹ ਤੋਂ ਵੀ ਵੱਡੇ ਰੱਖਣੇ, ਲੱਖ 75 ਨਾਮ ਰੱਖਣਾ ਗਾਂ ਨੂੰ, ਪਰ ਟੀਮਾਂ ਨਹੀਂ, ਅਸੀਂ ਜਿਹੜੀ ਟੀਮ ਹੁਣ ਸਾਡੇ ਨਾਲ ਸਹਿਯੋਗ ਨਹੀਂ ਦੇ ਰਹੀ, ਉਸੇ ਟੀਮ ਗਾਂ ਨੂੰ ਐਂਟਰ ਨਹੀਂ ਕਰਨੀ। ਗਗੜਾ ਬੀ ਜੇਤੂ ਆ, ਬਾਂਦਰ ਡੋਡ ਕੱਟਤੀ ਹੈ, ਪੁਰਾਣੇ ਵਾਲਾ ਤੇ ਤਲਵੰਡੀ ਭਾਈ ਦੋਨੋਂ ਟੀਮਾਂ ਖੇਡ ਗਰਾਊਂਡ 'ਚ ਆ ਜਾਣ, ਪੁਰਾਣੇ ਵਾਲਾ ਆ ਗਈ ਆ, ਤਲਵੰਡੀ ਭਾਈ ਆਵੇ, ਤਲਵੰਡੀ ਭਾਈ ਦੀ ਟੀਮ ਜਲਦੀ ਤੋਂ ਜਲਦੀ ਪਹੁੰਚੇ, ਵੀ ਪੁਰਾਣੇ ਵਾਲਾ ਗਰਾਊਂਡ 'ਚ ਪਹੁੰਚ ਚੁੱਕੀ ਹੈ। ਕਿਸ਼ਨਪੁਰਾ ਵੀ ਤਿਆਰ ਹੋ ਕੇ ਆਈ ਹੈ, ਕਿਸ਼ਨਪੁਰਾ ਦੇ ਰਾਜਿਆਂ ਨਾਲ ਆਓ ਜੀ ਗਰਾਊਂਡ 'ਚ, ਕਿਸ਼ਨਪੁਰਾ ਤੇ ਲੰਡੇ ਰਾਜਿਆਂ ਤੇ ਭਲੂਰ, ਤਲਵੰਡੀ ਭਾਈ ਆਵੇ ਜੀ ਗਰਾਊਂਡ ਦੇ ਵਿੱਚ, ਤਲਵੰਡੀ ਭਾਈ, ਤਲਵੰਡੀ ਭਾਈ ਗਰਾਊਂਡ 'ਚ ਆਵੇ, ਮੇਰੀ ਬੇਨਤੀ ਹੈ ਤਲਵੰਡੀ ਭਾਈ, ਪੁਰਾਣੇ ਵਾਲਾ ਪਹੁੰਚੀ ਹੋਈ ਆ, ਤਲਵੰਡੀ ਭਾਈ ਆਵੇ, ਕਿਸ਼ਨਪੁਰਾ ਤੇ ਲੰਡੇ, ਕਿਸ਼ਨਪੁਰਾ ਵਰਸਿਜ ਲੰਡੇ, ਨਾਲ ਹੀ ਭਲੂਰ ਤੇ ਰਾਜਿਆਣਾ, ਭਿੰਡਰ ਤੇ ਰੱਜੀ ਵਾਲਾ, ਆਰ ਇੰਦਗੜ ਵਰਸਿਜ ਸ਼ਕੂਰ, ਇਹ ਜਿਹੜੇ ਸਾਰੇ ਮੈਚ ਆ ਬਾਈ ਜੀ, ਜਲਦੀ ਨਾਲ ਟੀਮਾਂ ਜਿਹੜੀਆਂ ਗਰਾਊਂਡ 'ਚ ਆਉਣ, ਅਸੀਂ ਟੀਮਾਂ ਕੱਢ ਦੇਣੀਆਂ, ਗਾਂ ਅਸੀਂ ਟਾਈਆਂ ਕੱਢਣੀਆਂ ਹੁਣ ਸਾਰਿਆਂ ਦੇ ਸਾਹਮਣੇ, ਟਾਈਆਂ ਨਿਕਲਣੀਆਂ, ਪਹਿਲਾਂ ਵੀ ਸਭ ਦੇ ਸਾਹਮਣੇ ਕੱਢੀਆਂ ਤੇ ਹੁਣ ਵੀ ਸਭ ਦੇ ਸਾਹਮਣੇ ਨਿਕਲਣਗੀਆਂ। ਸਾਡੀ ਬੇਨਤੀ ਆ ਪਲੇਅਰਾਂ ਨੂੰ, ਹਾਂਜੀ ਸਾਡੇ ਪਲੇਅਰ ਵੀਰ ਨੋਟ ਕਰ ਲੈਣ, ਜਿਹੜੇ ਵੀਰ ਟੀਮਾਂ ਰੋਕ ਰਹੇ ਹੈ, ਸਾਡੇ ਪ੍ਰਬੰਧਕ ਵੀਰ ਆ ਰਹੇ ਆ, ਬਾਅਦ 'ਚ ਕੋਈ ਇਤਰਾਜ਼ ਨਾ ਕਰੇ, ਵੀ ਸਾਡੀ ਬੇਨਤੀ ਕਰਤੀ, ਜਿਹੜੇ ਵੀਰ ਟੀਮਾਂ ਰੋਕ ਰਹੇ ਹੈ, ਹਾਂਜੀ ਆ ਕਿਹੜੀ ਟੀਮ ਹੈ, ਕਿਸ਼ਨਪੁਰਾ, ਹਾਂ ਕਿਸ਼ਨਪੁਰਾ ਆ ਗਈ ਹੈ ਜੀ, ਤੇ ਟੀਮ ਜਿਹੜੀ ਵਿਰੋਧੀ ਆ ਲੰਡੇ ਆਓ, ਕਿਸ਼ਨਪੁਰਾ ਆ ਗਈ ਆ ਲੰਡੇ ਆਵੇ, ਤਲਵੰਡੀ ਭਾਈ ਹੱਥ ਖੜਾ ਕਰੋ ਜੀ, ਤਲਵੰਡੀ ਭਾਈ ਆਈ ਹੈ ਕਿ ਨਹੀਂ, ਆ ਗਈ ਹੈ ਤਲਵੰਡੀ ਭਾਈ, ਪੁਰਾਣੇ ਵਾਲ ਤੇ ਤਲਵੰਡੀ ਭਾਈ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਜੀ, ਪੁਰਾਣੇ ਵਾਲ ਤੇ ਤਲਵੰਡੀ ਭਾਈ ਦਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਇਸ ਵੇਲੇ ਖੇਡ ਗਰਾਊਂਡ ਦੇ ਵਿੱਚ, ਪੁਰਾਣੇ ਵਾਲ
ਤੇ ਤਲਵੰਡੀ ਭਾਈ ਦਾ ਮੈਚ ਜੋ ਹੈ ਸ਼ੁਰੂ ਹੋਣ ਜਾ ਰਿਹਾ ਹੈ। ਬੋਲੇ ਇੱਥੇ ਰੁਕ ਜਾਓ ਵੀਰੇ, ਆ ਮੈਚ ਜਿਹੜਾ ਸ਼ੁਰੂ ਹੋਣਾ ਹੈ ਇੱਥੇ ਰੁਕ ਜਾ ਮੇਰਾ ਵੀਰ। ਆ ਤਲਵੰਡੀ ਭਾਈ ਤੇ ਪੁਰਾਣੇ ਵਾਲ ਦਾ ਮੈਚ ਸ਼ੁਰੂ ਕਰਾਓ ਜੀ। ਤਲਵੰਡੀ ਭਾਈ ਤੇ ਪੁਰਾਣੇ ਵਾਲ ਦਾ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ। ਕਿਸ਼ਨਪੁਰਾ ਆ ਗਈ ਹੈ, ਲੰਡਿਆਂ ਦੀ ਟੀਮ ਆਵੇ, ਭਲੂਰ ਤੇ ਰਾਜਿਆਣਾ, ਪਿੰਡਰ ਤੇ ਰੱਜੀਵਾਲਾ, ਸ਼ਕੂਰ ਤੇ ਇੰਦਗੜ, ਇਹਨਾਂ ਟੀਮਾਂ ਦੇ ਜਿਹੜੇ ਮੈਚ ਖੇਡੇ ਜਾਣੇ ਹੈ ਇਹ ਟੀਮਾਂ ਖੇਡ ਦੇ ਮੈਦਾਨ ਦੇ ਵੱਲੋਂ ਆ ਜਾਣ। ਮਨਜਿੰਦਰ ਜਿੰਨੇ ਜੱਫੇ ਲਾਵੇਗਾ ਕਾਲਾ ਉਹਨੇ 100-100 ਦੇ ਨੋਟ ਦੇਵੇਗਾ। ਇਸ ਵੇਲੇ ਪੁਰਾਣੇ ਵਾਲ ਦੀ ਟੀਮ ਲਹਿੰਦੇ ਵਾਲੇ ਪਾਸੇ ਤੇ ਚੜ੍ਹਦੇ ਵਾਲੇ ਪਾਸੇ ਟੀਮ ਤਲਵੰਡੀ ਭਾਈ ਪਿੰਡ ਦੀ ਹੈ। ਖੇਡ ਦੇ ਮੈਦਾਨ ਦੇ ਵਿੱਚ ਚੜ੍ਹਦੇ ਵਾਲੇ ਪਾਸੇ ਟੀਮ ਤਲਵੰਡੀ ਭਾਈ ਦੀ ਹੈ, ਪੁਰਾਣੇ ਵਾਲਾ ਇਸ ਵੇਲੇ ਲਹਿੰਦੇ ਵਾਲੇ ਪਾਸੇ ਹੈ। ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਖੇਡ ਕਬੱਡੀ ਦਾ, ਲਾਓ ਸਾਹਮਣੇ ਇਸ ਵੇਲੇ ਅਗਲਾ ਜਿਹੜਾ ਮੈਚ ਖੇਡਿਆ ਜਾਣਾ ਹੈ। ਮੇਰੀ ਬੇਨਤੀ ਹੈ ਕਿਸ਼ਨਪੁਰਾ ਤੇ ਲੰਡੇ, ਕਿਸ਼ਨਪੁਰਾ ਆ ਗਈ ਹੈ, ਲੰਡਿਆਂ ਦੀ ਟੀਮ ਆਵੇ ਜਲਦੀ ਨਾਲ ਖੇਡ ਦੇ ਮੈਦਾਨ ਦੇ ਵਿੱਚ। ਕਿਸ਼ਨਪੁਰਾ ਆ ਗਈ ਹੈ, ਲੰਡਿਆਂ ਦੀ ਟੀਮ ਆਵੇ, ਉਸ ਤੋਂ ਬਾਅਦ ਭਲੂਰ ਤੇ ਰਾਜਿਆਣਾ, ਪਿੰਡਰ ਤੇ ਰੱਜੀਵਾਲਾ, ਸ਼ਕੂਰ ਤੇ ਇੰਦਗੜ, ਭਲੂਰ ਤੇ ਰਾਜਿਆਣਾ ਨਾਲ ਹੀ ਪਿੰਡਰ ਤੇ ਰੱਜੀਵਾਲਾ, ਸ਼ਕੂਰ ਤੇ ਇੰਦਗੜ ਇਹ ਟੀਮਾਂ ਤਿਆਰੀ ਰੱਖਣਗੀਆਂ। ਆਪੋ ਆਪਣੇ ਮੈਚਾਂ ਦੇ ਮੁਤਾਬਕ ਇਹ ਟੀਮਾਂ ਤਿਆਰੀ ਰੱਖਣਗੀਆਂ। ਹਾਂਜੀ ਮੈਚ ਜਿਹੜਾ ਸ਼ੁਰੂ ਕਰਵਾ ਦਿਓ ਜੀ, ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਮੇਰੀ ਬੇਨਤੀ ਹੈ। ਲਾ ਇਸ ਵੇਲੇ ਸਾਹਮਣੇ ਚਾਰ ਸਟਾਪਰ ਪੁਰਾਣੇ ਵਾਲ ਪਿੰਡ ਦੇ ਬਿਲਕੁਲ ਤਿਆਰ ਨੇ ਤੇ ਨੌਜਵਾਨ ਗੱਭਰੂ ਤਲਵੰਡੀ ਭਾਈ ਦੀ ਤਰਫੋਂ ਦੇਖਦਾ ਵੀ ਮਹਿਣ ਪਿੰਡ ਦਾ ਗਾਗੂ ਕਰਦਾ ਹੋਇਆ ਤਿਆਰੀ ਖੇਡ ਦੇ ਮੈਦਾਨ ਦੇ ਵਿੱਚ। ਖੋਸਿਆਂ ਵਾਲਾ ਅਮਰੀਕ ਸਾਡਾ ਵੀ ਮਾਈਕ ਲੈ ਕੇ ਗਰਾਊਂਡ ਦੇ ਵੱਲ ਨੂੰ ਆ ਜਾਵੇ, ਅਮਰੀਕ ਖੋਸਾ ਕੋਟਲਾ। ਲਾ ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਨੇ ਤਿਆਰੀ ਕਰ ਦਿੱਤੀ ਕਬੱਡੀ ਪਾਉਣ ਦੇ ਲਈ। ਤਲਵੰਡੀ ਭਾਈ ਦੀ ਟੀਮ ਚੜ੍ਹਦੇ ਵਾਲੇ ਪਾਸੇ, ਪੁਰਾਣੇ ਵਾਲਾ ਲਹਿੰਦੇ ਵਾਲੇ ਪਾਸੇ, ਚਾਰ ਜਾਫੀ ਹੈ ਪਿੱਛੋਂ ਦੀ ਧਰਤੀ ਦਾ ਸ਼ੀਰਾ ਇਸ ਵੇਲੇ ਕਰਦਾ ਹੋਇਆ ਕੋਸ਼ਿਸ਼ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਤੇ ਕਬੱਡੀ ਕਬੱਡੀ ਕਰਦਾ ਹੋਇਆ ਗੱਗੂ ਮਹਿਣੇ ਪਿੰਡ ਵਾਲਾ ਪੁਆਇੰਟ ਜਾਫੀ ਦਾ ਪੁਆਇੰਟ ਪੁਰਾਣੇ ਵਾਲ ਦੀ ਟੀਮ ਦਾ। ਇਸ ਵੇਲੇ ਅਗਲੀ ਕਬੱਡੀ ਪਾਉਣ ਲਈ ਰੌਲੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਵਾਧਾ ਹੋਇਆ ਕਿ ਸੁੱਖੇ ਪੰਡਾਲ ਦਾ ਨਾਂ ਸੁਣ ਕੇ ਜਾਂਦੇ ਆ ਰੇਡਰ ਕੰਬ ਵੀ, ਚਰਚਾ ਪੂਰੀ ਦੇ ਵਿੱਚ ਆ ਲੋਕੋ ਰੌਲੀ ਵਾਲਾ ਬੰਬ ਵੀ, ਰੌਲੀ ਪਿੰਡ ਦੇ ਬੰਬ ਦੀ ਜਿਹੜੀ ਵੱਡੀ ਚਰਚਾ ਮੇਰੇ ਵੀ ਖੇਡ ਕਬੱਡੀ ਜੰਗ ਦੇ ਵਿੱਚ। ਇਸ ਵੇਲੇ ਚਾਰ ਸਟਾਪਰ ਤਲਵੰਡੀ ਭਾਈ ਦੇ ਖੇਤੀਬਾੜੀ ਦੇ ਸੰਦਾਂ ਦੀ, ਮਹਾਨਤਾ ਪੰਜਾਬ ਦਾ ਕਿਸਾਨ ਜਾਣਦਾ ਹੈ ਤੇ ਪੁਆਇੰਟ ਪੁਰਾਣੇ ਵਾਲ ਦੀ ਟੀਮ ਦਾ। ਹਾਂਜੀ ਬਿੰਦੂ ਜੀ, ਅਗਲੀ ਟੀਮ ਬੋਲ ਵੀਰ। ਹਾਂਜੀ ਅਗਲੀਆਂ ਟੀਮਾਂ ਕਿਸ਼ਨਪੁਰਾ ਤੇ ਲੰਡਿਆਂ ਨੇ ਖੇਡਣਾ ਜਿਹੜਾ ਅਗਲਾ ਮੈਚ। ਲਾ ਇਸ ਵੇਲੇ ਪੁਰਾਣੇ ਵਾਲ ਪਿੰਡ ਦਾ ਨਿੱਕਾ
ਤੇ ਇੱਕ ਪਾਸੇ ਸਾਹਮਣੇ ਨੌਜਵਾਨ ਗੱਭਰੂ ਤਲਵੰਡੀ ਭਾਈ ਵਾਲਾ ਤੇ ਨਿੱਕਾ ਪੁਰਾਣੇ ਵਾਲੀਆ ਗੱਭਰੂ ਤੱਕੀ ਜਾਂਦਾ ਤਾੜੀਆਂ ਮਾਰਦੇ ਦਰਸ਼ਕ ਜੀ ਦੇ ਮੁੰਡਾ ਢੇਰੀਆਂ ਤੋਂ ਚੁੱਕ ਕੇ ਲੈ ਗਿਆ ਹੈ। ਵਾਹ ਹੋਏ ਨੌਜਵਾਨਾਂ, ਥਾਣਾ ਗਿੱਲ ਸਾਡਾ ਵੀਰ 100 ਰੁਪਇਆ ਨਿੱਕੇ ਲਈ ਦੇ ਰਿਹਾ ਹੈ, 100 ਰੁਪਇਆ ਸਾਡੇ, 500 ਰੁਪਇਆ ਸਾਡੇ ਹਰਿੰਦਰ ਗਿੱਲ ਜੀ ਬਿਜਨਸ ਵੀਰ ਵਾਲੇ ਉਹ ਦੇ ਰਹੇ ਨੇ ਨਿੱਕੇ ਲਈ। ਲਾ ਪ੍ਰੀਤਮ ਪੁਰਾਣੇ ਵਾਲੇ ਪਿੰਡ ਦਾ ਸਰਦਾਰ ਵਜੀਰ ਸਿੰਘ ਜੀ ਜਾੜ 100 ਰੁਪਇਆ ਦੇ ਰਹੇ ਨੇ ਪੁਰਾਣੇ ਵਾਲੀ ਨਿੱਕੇ ਲਈ, 500 ਰੁਪਇਆ ਸਾਡੇ ਬਾਈ ਹਰਿੰਦਰ ਗਿੱਲ ਜੀ, 100 ਰੁਪਇਆ ਥਾਣਾ ਗਿੱਲ ਜੀ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ। ਇਸ ਵੇਲੇ ਸਾਹਮਣੇ ਪ੍ਰੀਤਮ ਨੇ ਕਬੱਡੀ ਪਾ ਦਿੱਤੀ ਹੈ, 4 ਜਾਫੀ ਨੇ ਤਲਵੰਡੀ ਭਾਈ ਦੀ ਧਰਤੀ ਦੇ ਉੱਤੇ ਮੁੰਡਾ ਪੁਆਇੰਟ ਲੈ ਕੇ ਭੱਜਾ ਜਾਂਦਾ ਹੈ। 100 ਰੁਪਇਆ ਪੁਰਾਣੇ ਵਾਲੀ ਹੈ ਪ੍ਰੀਤਮ ਲਈ ਸਾਡੇ ਹਰਿੰਦਰ ਗਿੱਲ ਜੀ, ਸੁਖਜਿੰਦਰ ਯੂਕੇ ਜੀ ਉਹਨਾਂ ਵੱਲੋਂ ਵੀ 100 ਰੁਪਇਆ ਪੁਰਾਣੇ ਵਾਲੀ ਹੈ ਪ੍ਰੀਤਮ ਲਈ ਹੈ। ਗੱਗੂ ਮਹਿਣੇ ਪਿੰਡ ਵਾਲਾ ਗੱਭਰੂ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਸਾਹਮਣੇ 4 ਸਟਾਪਰ ਬਿਲਕੁਲ ਤਿਆਰ ਨੇ ਤੇ ਵੇਖਾਂਗੇ ਵੀ ਕਿਹੜੇ ਗੱਭਰੂ ਨੇ ਜੱਫਾ ਲਾਉਣਾ ਹੈ, ਮਨਜਿੰਦਰ ਜਾਂ ਫਿਰ ਸ਼ੀਰਾ ਪਿੱਛੋਂ ਦਾ ਜਾਂ ਫਿਰ ਗੁਰਮੀਤ ਦੇ ਜਾਂ ਨਿੱਕਾ ਚੌਂ ਦੇ ਵਿੱਚੋਂ ਦੇਖਾਂਗੇ। ਮਨਜਿੰਦਰ ਲੱਗਿਆ ਟੁੱਟ ਕੇ, ਗੁੱਟ ਫੜਿਆ ਕੈਂਚੀ ਵੱਜਦੀ ਹੈ, ਗਿੱਟਾ ਫੜਿਆ ਛਡਾਇਆ ਗਿੱਟਾ ਤੇ ਗੱਗੂ ਮਹਿਣੇ ਵਾਲਾ ਬਿੱਲਾ ਗਾਲਬ ਤੇ ਦੇਵ ਦਿਆਲਪੁਰੇ ਵਾਲੇ ਦੀ ਵਿਸਲ ਪੁਆਇੰਟ ਰੇਡਰ ਦਾ ਪੁਰਾਣੇ ਵਾਲੀ ਇਹ ਰੇਡਰ ਜਿੰਨੇ ਪੁਆਇੰਟ ਲੈਣਗੇ ਉਹਨੇ 100 ਤੇ ਜਾਫੀ ਜਿਹਨੇ ਜੱਫੇ ਲਾਉਣਗੇ ਉਹਨੇ 100, ਹਰਿੰਦਰ ਗਿੱਲ ਜੀ ਵਿਜੀਲੈਂਸ ਵਾਲੇ ਉਹਨਾਂ ਵੱਲੋਂ ਦਿੱਤੇ ਜਾਣੇ ਹੈ। ਰੌਲੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਇਸ ਵੇਲੇ ਪੁਆਇੰਟ ਲੈ ਕੇ ਭੱਜਦਾ ਹੋਇਆ ਖੇਡ ਦੇ ਮੈਦਾਨ ਦੇ ਵੱਲ ਨੂੰ, ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ, ਕਿ ਟੀਵੀ ਅਖਬਾਰਾਂ ਵਿੱਚ ਨਾਂ ਬੋਲਦਾ ਇੱਕ ਪਿੰਡ ਨਹੀਂ ਉਹ ਥਾਂ ਥਾਂ ਬੋਲਦਾ, ਕਿਹਦਾ ਪੁੱਤ ਪੋਤਾ ਕਿਹੜਾ ਪਿੰਡ ਜੋਧਿਆ ਤੇ ਚੰਡਿਆ ਕਿਹੜੇ ਕੋਚ ਮਹਾਨ ਦਾ ਪੁੱਤ ਜਿੰਨਾ ਮਾਮਾ ਦੇ ਕਬੱਡੀ ਖੇਡਦੇ ਤੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ, ਬਈ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ। ਗੁਰਮੀਤ ਪੁਰਾਣੇ ਵਾਲੀਆ ਲਾ ਤਕੜਾ ਜੱਫਾ ਬੱਲੇ ਬੱਲੇ ਕਰਵਾਉਂਦਾ। ਅਗਲੀਆਂ ਟੀਮਾਂ ਕਿਸ਼ਨਪੁਰਾ ਗੁਰੂਸਰ ਲੰਡੇ, ਭਰੂਰ ਵਾਸੇ ਰਾਜਿਆਣਾ, ਪਿੰਡਰ ਵਾਸੇ ਰੱਜੀ ਵਾਲਾ ਤੇ ਸ਼ਕੂਰ ਤੇ ਅੰਦਗੜ, ਇਹ ਟੀਮਾਂ ਜਲਦੀ ਤੋਂ ਜਲਦੀ ਕੱਪੜੇ ਉਤਾਰ ਕੇ ਗਰਾਊਂਡਾਂ ਵੱਲ ਪਹੁੰਚੋ। ਲਓ ਇਸ ਵੇਲੇ ਸਾਹਮਣੇ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਪ੍ਰੀਤਮ ਪੁਰਾਣੇ ਵਾਲੇ ਪਿੰਡ ਦਾ, ਸਿੱਖੀ ਸਾਂਭੀ ਹੈ, ਜਵਾਨੀ ਸਾਂਭੀ ਹੈ, ਮੇਰੇ ਵੀਰੇ ਪਾਈ ਹੋਈ ਕਬੱਡੀ ਹੈ। ਆ ਸਾਹਮਣੇ ਕਿ ਨਾ ਕੋਈ ਉਹਨਾਂ ਵਰਗਾ ਹੋਇਆ, ਨਾ ਕੋਈ ਉਹਨਾਂ ਵਰਗਾ ਹੋਣਾ, ਜੁਗਾਂ ਜੁਗਾਂ ਤੱਕ ਗੱਲਾਂ ਚੱਲਦੀਆਂ ਰਹਿਣੀਆਂ ਉਸ ਦਰਵੇਸ਼ ਦੀਆਂ, ਕੌਣ ਕਰੂਗਾ ਰੀਸਾ ਕੱਲ ਕੀ ਤਰ ਦੁਸ਼ਮੇਸ਼ ਦੀਆਂ। ਸਾਡੇ ਵੀ ਗੁਰਦੀਪ ਸਿੰਘ ਜੀ ਜਾੜਾ ਗੁਰਮੀਤ ਲਈ 100 ਰੁਪਇਆ ਦਿੰਦੇ ਨੇ ਪੁਰਾਣੇ ਵਾਲੀ ਹੈ ਗੁਰਮੀਤ ਲਈ, ਮਹਿਣਾ ਪਿੰਡ ਹੈ, ਗੱਗੂ ਨਾਮ ਹੈ ਤੇ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਪੁਰਾਣੇ ਵਾਲੀਏ ਪ੍ਰੀਤਮ ਲਈ ਸੁਖਵੰਦਰ ਸਿੰਘ ਜੀ ਖਾਲਸਾ, ਉਹ ਜਿਹੜੇ 100 ਰੁਪਇਆ ਦੇ ਰਹੇ ਨੇ, ਵੱਡਾ ਧੰਨਵਾਦ ਹੈ। ਇਸ ਵੇਲੇ ਮਹਿਣਾ ਪਿੰਡ ਹੈ, ਗੱਗੂ ਨਾਮ ਹੈ ਤੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ ਲੰਡੇ ਤੇ ਕਿਸ਼ਨਪੁਰਾ, ਇਹ ਟੀਮਾਂ ਜਿਹੜੀਆਂ ਖੇਡ ਦੇ ਮੈਦਾਨ ਦੇ ਵੱਲੋਂ ਪੁੱਜਣਗੀਆਂ। ਕਿਸ਼ਨਪੁਰਾ ਆ ਗਈ ਹੈ, ਲੰਡਿਆਂ ਦੀ ਟੀਮ ਆਵੇ, ਗੱਗੂ ਮਹਿਣੇ ਵਾਲਾ ਪੁਆਇੰਟ ਲੈ ਕੇ ਵਾਪਸ ਵਧਿਆ ਹੋਇਆ। ਅਗਲੀ ਕਬੱਡੀ ਰੌਲੀ ਪਿੰਡ ਦੇ ਹਰਪ੍ਰੀਤ ਸਿੰਘ ਬੰਬ ਦੀ, ਪਿੰਦੀ ਦਾ ਪਿੰਡ ਹੈ, ਨੇਂਦਰ ਦਾ ਪਿੰਡ ਹੈ ਤੇ ਬੰਬ ਮੇਰੇ ਵੀਰੇ ਦੁਨੀਆ ਭਰ ਦਾ ਟਾਪ ਦਾ ਖਿਡਾਰੀ ਹੈ। ਇਸ ਵੇਲੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ ਕਿ ਵਿਹਲੇ ਬਹਿ ਕੇ ਅਸੀਂ ਨਹੀਂ ਵਕਤ ਗੁਜ਼ਾਰਿਆ, ਕਈ ਕਈ ਸਾਲ ਮੱਥਾ ਲੋਹੇ ਨਾਲ ਮਾਰਿਆ, ਰੱਖੀਆਂ ਦਿਮਾਗ ਵਿੱਚ ਗੱਡੀਆਂ ਨਾ ਨੱਢੀਆਂ, ਤਾਂ ਜਾ ਕੇ ਖਾੜਿਆਂ ਚ ਪਾਉਣੇ ਆ ਕਬੱਡੀਆਂ। ਤਾਂਹੀਓ ਅੱਜ ਮੈਚ ਜਿਹੜਾ ਸਮਾਪਤ ਹੈ ਤੇ ਇਸ ਮੈਚ ਦੇ ਵਿੱਚ ਟੀਮ ਜਿਹੜੀ ਪੁਰਾਣੇ ਵਾਲਾ ਜੇਤੂ ਹੈ, ਪੁਰਾਣੇ ਵਾਲ ਦੀ ਟੀਮ ਜਿਹੜੀ ਵਿਨ ਰਹੀ ਹੈ। ਲੰਡੇ ਦੇ ਕਿਸ਼ਨਪੁਰੇ ਦੀ ਇਹ ਟੀਮਾਂ ਨੂੰ ਬੇਨਤੀ ਹੈ ਅਗਲੇ ਮੈਚਾਂ ਦੇ ਲਈ ਕਿਰਪਾ ਕਰਕੇ ਉਹ ਟੀਮਾਂ ਸੈਂਟਰ ਲੈਣ ਤੇ ਆਉਣ, ਅਗਲਾ ਮੈਚ ਲੰਡੇ ਵਾਰਸੀ ਕਿਸ਼ਨਪੁਰਾ ਇਹਨਾਂ ਟੀਮਾਂ ਦਾ ਖੇਡਿਆ ਜਾਣਾ। ਸਾਡੇ ਵੀਰ ਨੈਣਾ ਦੁਬਈ ਜੀ ਔਰ ਨਿਰਮਲ ਆਸਟ੍ਰੇਲੀਆ ਸਾਡਾ ਵੀਰ 100 ਰੁਪਇਆ ਬੋਲੋ ਤੋਂ ਕੁਛ ਹੋ ਕੇ ਦੇ ਰਹੇ ਨੇ। ਬੇਅੰਤ ਤੇ ਦੀਪਾ ਸਾਡੇ ਵੀਰ ਪੰਬੇ ਨੂੰ ਆ ਕੇ ਸਟੇਜ ਤੇ ਲਾ ਕੇ ਮਿਲ ਲੈਣ, ਬੇਅੰਤ ਤੇ ਦੀਪਾ ਪੰਬੇ ਨੂੰ ਆ ਕੇ ਮਿਲ ਲੈਣ ਸਾਡੇ ਵੀਰ। ਮੇਰੇ ਵੀਰ ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਜਿਹੜੇ ਮੈਚ ਖੇਡੇ ਬੜੇ ਵਧੀਆ ਖੇਡੇ ਜਾ ਰਹੇ ਨੇ,
ਕਿਸ਼ਨਪੁਰਾ ਤੇ ਲੰਡੇ ਦੋਨੋਂ ਟੀਮਾਂ ਜਿਹੜੀਆਂ ਸੈਂਟਰ ਲੈਣ ਤੇ ਆ ਜਾਣ। ਕਿਸ਼ਨਪੁਰਾ ਵਰਸਿਸ ਲੰਡੇ ਦੋਨੋਂ ਟੀਮਾਂ ਸੈਂਟਰ ਲੈਣ ਤੇ ਆਣ, ਨਾਲ ਹੀ ਭਲੂਰ ਤੇ ਮੈਚ ਜਿਹੜਾ ਰਾਜਿਆਂ ਨੇ ਖੇਡਣਾ ਹੈ ਨਾਲ ਹੀ। ਉਸ ਤੋਂ ਬਾਅਦ ਮੇਰੀ ਬੇਨਤੀ ਆ ਭਿੰਡਰ ਤੇ ਰੱਜੀ ਵਾਲੇ ਨੂੰ, ਉਸ ਤੋਂ ਬਾਅਦ ਖੇਡਣਗੇ ਇੰਦਗੜ ਤੇ ਸ਼ਕੂਰ। ਇਹ ਟੀਮਾਂ ਵਾਰੋ ਵਾਰ ਆਪ ਆਪਣੇ ਮੈਚਾਂ ਦੇ ਲਈ ਗਰਾਊਂਡ ਦੇ ਵੱਲੋਂ ਆਉਣਗੀਆਂ। ਲੰਡਿਆਂ ਦੀ ਟੀਮ ਗਰਾਊਂਡ ਚ ਆ ਜਾਵੇ, ਲੰਡਿਆਂ ਦੀ ਟੀਮ ਨੂੰ ਬੇਨਤੀ ਕਰਦੇ ਆ ਲੰਡੇ ਉਹ ਟੀਮ ਗਰਾਊਂਡ ਦੇ ਵਿੱਚ ਆ ਜਾਵੇ। ਨਹੀਂ ਆਉਣਾ ਜੀ, ਲੰਡੇ ਦੀ ਟੀਮ ਨਹੀਂ ਆ ਰਹੀ ਜੀ। 70 ਕਿਲੋ ਫਾਈਨਲ ਵੀ ਪੁਰਾਣੇ ਵਾਲਾ ਏ ਤੇ ਕਖਰਾਣਾ ਸਾਡੇ ਵੀਰ ਨਿਰਮਲ ਢੇਰੀ ਜੀ ਔਰ ਨੈਣਾ ਕਪੂਰ ਸਾਡਾ ਵੀਰ ਦੁਬਈ ਵਾਲਾ 100 ਰੁਪਇਆ ਪਾਣੀ ਵਾਲੇ ਬਾਬੇ ਲਈ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ। ਲੰਡਿਆਂ ਨੇ ਕਹਿੰਦੇ ਵੀ ਨਹੀਂ ਖੇਡਣਾ, ਕਿਸ਼ਨਪੁਰਾ ਵਿਨਰ ਹੈ ਜੀ, ਕਿਸ਼ਨਪੁਰਾ ਵਿਨਰ ਹੈ, ਨੋਟ ਕਰ ਲਓ ਹਿੰਦੇ। ਹੈਲੋ ਗੇਜੀ ਸਟੇਜ ਤੇ ਆਈ, ਗੇਜੀ ਸਟੇਜ ਤੇ ਆਈ, ਕਿਸ਼ਨਪੁਰਾ ਵਿਨਰ ਇਸ ਮੈਚ ਦੇ ਵਿੱਚ। ਨਾਲ ਹੀ ਅਗਲਾ ਮੈਚ ਭਲੂਰ ਤੇ ਰਾਜਿਆਣੇ ਦਾ, ਭਲੂਰ ਵਰਸਿਸ ਰਾਜਿਆਣਾ। 70 ਕਿਲੋ ਭਾਰ ਦੇ ਫਾਈਨਲ ਮੈਚ ਲਈ ਖੁਖਰਾਣੇ ਦੀ ਟੀਮ ਆ ਗਈ ਆ, ਪੁਰਾਣੇ ਵਾਲਾ ਇਹ ਆਵੇ। 70 ਕਿਲੋ ਭਾਰ ਦੇ ਫਾਈਨਲ ਮੈਚ ਲਈ ਖੁਖਰਾਣੇ ਦੀ ਟੀਮ ਆ ਗਈ ਆ, ਪੁਰਾਣੇ ਵਾਲਾ ਇਹ ਆਵੇ। ਭਲੂਰ ਤੇ ਰਾਜਿਆਣਾ ਖੋਸਾ ਵਾਲਿਆ, ਭਿੰਡਰ ਤੇ ਰੱਜੀ ਵਾਲੇ ਨੂੰ ਸੱਦਾ ਦੇਵਾਂਗੇ, ਸ਼ਕੂਰ ਤੇ ਇੰਦਗੜ। ਸਾਡੀ ਬੇਨਤੀ ਆ ਵੀ ਕਿਰਪਾ ਕਰਕੇ ਜਿਹਨਾਂ ਟੀਮਾਂ ਦੇ ਨਾਂ ਅਨਾਊਂਸ ਕੀਤੇ ਆ ਉਹ ਟੀਮਾਂ ਕਿਰਪਾ ਕਰਕੇ ਸਮੇਂ ਨੂੰ ਸਮਾਂ ਸਮਝਣ ਤੇ ਆਪਣੇ ਆਪ ਨੂੰ ਤਿਆਰ ਕਰਕੇ ਗਰਾਊਂਡ 'ਚ ਲੈ ਆਉਣ। ਨਾਲ ਹੀ ਜਿਹੜਾ ਮੇਨ ਰਸਤਾ ਹੈ, ਬੇਨਤੀ ਹੈ ਵੀ ਉਹ ਆਪਾਂ ਰਸਤੇ ਦੇ ਵਿੱਚ ਨਹੀਂ ਖੜਨਾ, ਮੇਰੀ ਬੇਨਤੀ ਹੈ। ਸਾਡੇ ਵੀ ਰਠਾਣੀ ਹੋਣੀ ਕਹਿੰਦੇ ਵੀ ਜਿਹੜੇ ਸੱਜਣ ਰਸਤੇ ਦੇ ਵਿੱਚ ਖੜੇ ਉਹ ਕਿਰਪਾ ਕਰਕੇ ਥੋੜਾ ਥੋੜਾ ਸਾਈਡ ਤੇ ਹੋ ਜਾਣ। ਨਾਲ ਹੀ ਸਾਡੇ ਪੰਜਾਬ ਪੁਲਿਸ ਵਾਲੇ ਵੀਰ ਸਾਡੇ ਸਰਦਾਰ ਜਗਦੇਵ ਸਿੰਘ ਜੀ ਹੌਲਦਾਰ, ਉਹਨਾਂ ਨੂੰ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਵੀ ਉਹ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਸਾਂਭਣ, ਥੋੜਾ ਜਿਹੜਾ ਚੱਕਰ ਲਾਉਣ। ਬੇਨਤੀ ਹੈ ਰਾਜਿਆਣਾ ਆ ਗਈ ਹੈ ਤੇ ਟੀਮ ਜਿਹੜੀ ਭਲੂਰ ਦੀ ਆਵੇ, ਰਾਜਿਆਣਾ ਆ ਗਈ ਹੈ ਭਲੂਰ ਦੀ ਟੀਮ, ਜਲਦੀ ਨਾਲ ਦੌੜ ਕੇ ਆਓ ਮੇਰੇ ਵੀਰ ਗਰਾਊਂਡ ਦੇ ਵੱਲੋਂ ਆ ਜਾਓ ਮੇਰੇ ਵੀਰ। ਭਲੂਰ ਦੀ ਟੀਮ ਆ ਰਹੀ ਹੈ, ਭਲੂਰ ਤੇ ਰਾਜਿਆਣਾ ਦਾ ਮੈਚ ਖੇਡਿਆ ਜਾਣਾ ਹੈ। ਨਾਲ ਹੀ ਇਸ ਮੈਚ ਤੋਂ ਬਾਅਦ ਭਿੰਡਰ ਤੇ ਰੱਜੀ ਵਾਲਾ, ਭਿੰਡਰ ਤੇ ਰੱਜੀ ਵਾਲਾ ਵੀ ਇਸ ਮੈਚ ਤੋਂ ਬਾਅਦ ਤਿਆਰੀ ਕਰ ਲੈਣ, ਸ਼ਕੂਰ ਤੇ ਇੰਦਗੜ। ਭਿੰਡਰ ਤੇ ਰੱਜੀ ਵਾਲਾ, ਸ਼ਕੂਰ ਤੇ ਇੰਦਗੜ, ਇਹ ਵੀ ਟੀਮਾਂ ਕਰਕੇ ਤਿਆਰੀਆਂ, ਖੇਡ ਦੇ ਮੈਦਾਨ ਦੇ ਵੱਲੋਂ ਆ ਜਾਣ। ਮੇਰੀ ਬੇਨਤੀ ਹੈ ਸਾਰੀਆਂ ਟੀਮਾਂ ਨੂੰ ਫਾਈਨਲ ਮੈਚ ਭਲੂਰ ਦੀ ਟੀਮ ਫੌਜੀ ਬੂਟੇ ਦੌੜ ਕੇ ਆ ਜਾਓ ਵੀਰੇ, ਸਾਡੇ ਵੀਰ ਭਲੂਰ ਵਾਲੇ ਵੀਰ ਜਿਹੜੇ ਦੌੜ ਕੇ ਆ ਜਾਣ ਜਲਦੀ ਨਾਲ ਗਰਾਊਂਡ ਦੇ ਵੱਲੋਂ। ਸਾਡੇ ਭਾਈ ਬੂਟੇ ਹੋਣੀ ਨਾਲ ਜੱਗਾ ਸਾਡਾ ਵੀਰ ਮਨੀ ਭਲੂਰ, ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਟੀਮਾਂ ਜਲਦੀ ਆ ਜਾਣ ਗਰਾਊਂਡ ਦੇ ਵਿੱਚ, ਮੈਚ ਪੂਰਾ ਵਧੀਆ ਖੇਡਿਆ ਜਾਣਾ, ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ। ਸਾਡੇ ਵੀਰ ਨਿਰਮਲ ਢੇਰੀ ਜੀ ਉਹਨਾਂ ਦਾ ਬ੍ਰਦਰ ਚਿਰਮਲ ਸਾਡਾ ਵੀਰ ਇੱਥੇ ਆਇਆ ਹੈ, ਉਸ ਵੀਰ ਨੂੰ ਸਾਡੇ ਵੀਰ ਨੈਣੇ ਹੋਣੀ ਕਪੂਰਾਂ ਵਾਲੇ ਬੁਲਾ ਰਹੇ ਨੇ, ਉਹ ਵੀਰ ਜਿਹੜਾ ਸਟੇਜ ਤੇ ਪੁੱਜਿਆ ਵੇ, ਮੇਰੀ ਬੇਨਤੀ ਹੈ। ਹੈਲੋ ਹਾਂਜੀ, 70 ਕਿਲੋ ਦਾ ਫਾਈਨਲ ਮੈਚ ਖੁਖਰਾਣਾ ਆ ਗਈ ਆ, ਪੁਰਾਣੇ ਵਾਲਾ ਇਹ ਆਵੇ। ਹਾਂਜੀ, ਗਗੜੇ ਦੇ ਦੋ ਪਲੇਅਰ ਸਟੇਜ ਤੇ ਆਉਣ, ਗਗੜੇ ਦੀ ਟੀਮ ਦੇ ਦੋ ਪਲੇਅਰ ਸਟੇਜ ਤੇ ਆਉਣ। ਭਿੰਡਰ ਤੇ ਰੱਜੀ ਵਾਲਾ ਅਗਲੇ ਮੈਚ ਲਈ ਟੀਮਾਂ ਤਿਆਰੀ ਰੱਖਣ, ਭਲੂਰ ਤੇ ਰਾਜਿਆਣਾ ਜਿਹੜਾ ਮੈਚ ਖੇਡਿਆ ਜਾਣਾ ਹੈ, ਭਿੰਡਰ ਤੇ ਰੱਜੀ ਵਾਲਾ, ਸ਼ਕੂਰ ਤੇ ਇੰਦਗੜ। ਹਰਦੀਪ ਹਾਂਜੀ, ਗਗੜੇ ਦੇ ਦੋ ਪਲੇਅਰ ਸੱਦ ਲਈ। ਹਾਂਜੀ, ਗਗੜੇ ਦੀ ਟੀਮ ਦੇ ਦੋ ਪਲੇਅਰ ਸਟੇਜ ਤੇ ਸੰਪਰਕ ਕਰਨ, ਗਗੜੇ ਦੀ ਟੀਮ ਦੇ ਦੋ ਪਲੇਅਰ ਜਿਹੜੇ ਸਾਡੇ ਪ੍ਰਬੰਧਕ ਵੀਰਾਂ ਦੇ ਨਾਲ ਸਟੇਜ ਉੱਪਰ ਜਿਹੜਾ ਰਾਬਤਾ ਕਾਇਮ ਕਰ ਲੈਣ, ਮੇਰੀ ਬੇਨਤੀ ਹੈ।
ਰਾਜਿਆਂ ਤੇ ਭਲੂਰ ਦੋਨੋਂ ਟੀਮਾਂ ਕੱਪੜੇ ਉਤਾਰ ਕੇ ਸੈਂਟਰ ਲੈਣ ਤੇ ਆ ਜਾਣ ਰਾਜਿਆਂ ਤੇ ਭਲੂਰ। ਇਸ ਤੋਂ ਬਾਅਦ ਫਾਈਨਲ ਮੈਚ ਖੁਖਰਾਣਾ ਆ ਗਈ ਹੈ, ਪੁਰਾਣੇ ਵਾਲਾ ਇਹ ਆਵੇ। ਇਸ ਤੋਂ ਬਾਅਦ ਜਿਹੜਾ ਫਾਈਨਲ ਮੈਚ ਖੇਡਿਆ ਜਾਣਾ ਖੇਡ ਕਬੱਡੀ ਦਾ, ਖੁਖਰਾਣਾ ਆ ਗਈ ਹੈ ਤੇ ਪੁਰਾਣੇ ਵਾਲਾ ਇਹ ਆਵੇ। ਪੁਰਾਣੇ ਵਾਲੇ ਦੀ ਟੀਮ ਨੂੰ ਬੇਨਤੀ ਹੈ ਵੀ ਫਾਈਨਲ ਖੇਡਣ ਦੇ ਲਈ ਉਹ ਟੀਮ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ। ਰਾਜਿਆਣਾ ਦੇ ਭਲੂਰ ਦਾ ਮੈਚ ਖੇਡਿਆ ਜਾਣਾ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਪਿੰਡ ਪਦ ਰੋਪਣ ਰਾਜਿਆਣਾ ਦੇ ਭਲੂਰ। ਜੇਕਰ ਦੋਨੇ ਟੀਮਾਂ ਆ ਗਈਆਂ ਨੇ ਤੇ ਬੂਟੇ ਬਾਈ ਆਪਾਂ ਮੈਚ ਸ਼ੁਰੂ ਕਰੀਏ। ਜੀਤਾ ਪਮਾਲ ਜੀ ਆਪਾਂ ਮੈਚ ਜੀਤੇ ਬਾਈ ਸ਼ੁਰੂ ਕਰੀਏ। ਦੋਨੇ ਟੀਮਾਂ ਆ ਗਈਆਂ ਨੇ ਰਾਜਿਆਣਾ ਤੇ ਭਲੂਰ, ਦੋਨੇ ਟੀਮਾਂ ਸੈਂਟਰ ਲੈਣ ਦੇ ਵਿੱਚ ਆ ਜਾਣ। ਭਲੂਰ ਦੀ ਟੀਮ ਆਈ ਆ, ਰਾਜਿਆਣਾ ਦੀ ਟੀਮ ਦੱਸੇ ਆਈ ਆ ਜਾਂ ਨਹੀਂ ਵੱਡੇ ਬਾਈ? ਫਿਰ ਆਪਾਂ ਮੈਚ ਸ਼ੁਰੂ ਕਰੀਏ। ਜੇਕਰ ਦੋਨੇ ਟੀਮਾਂ ਆ ਗਈਆਂ ਨੇ, ਰਾਜਿਆਣਾ ਵੀ ਆ ਗਈ ਆ, ਭਲੂਰ ਦੀ ਟੀਮ ਵੀ ਆ ਗਈ ਹੈ। ਗੁਰਪ੍ਰੀਤ ਸਾਈਡਾਂ ਲਈ ਹੈ ਵੱਡੇ ਬਾਈ, ਮੈਚ ਸ਼ੁਰੂ ਕਰੀਏ ਆਪਾਂ। ਨਾਲ ਸਾਡੇ ਸਤਿਕਾਰ। ਹੈਲੋ 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 ਵੀਰੇ, ਜਿਹੜੀ ਕੇਰਾ ਟੀਮ ਕੱਢਦੀ ਮੁੜ ਕੇ ਖੜਾਉਣੀ ਨੀ, ਅਸੀਂ ਹੁਣ ਨੀ ਖੜਾਉਣੀ ਜਿਹੜੀ ਕੇਰਾ ਕੱਟੀ ਗਈ ਟੀਮ। ਬਸ ਕੱਟੀ ਗਈ ਜਿਹੜੀ ਕੱਟੀ ਗਈ, ਹੈਲੋ ਹੁਣ ਨੀ ਖੜਾਉਣੀ ਗਈ ਕੋਈ ਵੀ ਟੀਮ ਜਿਹੜੀ ਕੱਟੀ ਗਈ ਆ। ਹਾਂਜੀ, ਜਿਹੜੀਆਂ ਟੀਮਾਂ ਅਸੀਂ ਕੱਢਤੀਆਂ ਅਸੀਂ ਹੁਣ ਜਿਹੜੀ ਕੋਈ ਵੀ ਟੀਮ ਖੜਾਉਣੀ ਨੀ। ਉਹ ਪਲੇਅਰ ਜਿਹੜੇ ਨੋਟ ਕਰ ਲੈਣ, ਟੀਮਾਂ ਨੂੰ ਬੇਨਤੀ ਹੈ ਵੀ ਜਿਹੜੀ ਇਹ ਟੀਮਾਂ ਸਕ੍ਰੈਚ ਕੀਤੀਆਂ ਨੇ ਉਹ ਦੁਬਾਰਾ ਨਹੀਂ ਖੇਡਣਗੀਆਂ। ਕੋਈ ਸਾਡਾ ਵੀਰ ਸਟੇਜ ਦੇ ਜਿਹੜੇ ਵੀਰ ਆ ਸਾਡੇ, ਉਹ ਕਹਿੰਦੇ ਵੀ ਇੱਥੇ ਨਵੇਂ ਹਾਰੀਆਂ ਟੀਮਾਂ ਜਿਹੜੀਆਂ ਟੀਮਾਂ ਕੱਟੀਆਂ ਨੇ ਉਹ ਦੁਬਾਰਾ ਨਹੀਂ ਖੇਡਣ ਦਿੱਤੀਆਂ ਜਾਣੀਆਂ। ਭਲੂਰ ਦੇ ਇਸ ਵੇਲੇ ਮੈਚ ਜਿਹੜਾ ਖੇਡਿਆ ਜਾਣਾ ਰਾਜਿਆਂ ਨੇ ਪਿੰਡ ਦਾ, ਇਸ ਤੋਂ ਬਾਅਦ ਪਿੰਡਰ ਤੇ ਰੱਜੀ ਵਾਲਾ, ਉਸ ਤੋਂ ਬਾਅਦ ਖੇਡਣਗੇ ਸ਼ਕੂਰ ਤੇ ਇੰਦਗੜ੍ਹ ਦੇ ਖਿਡਾਰੀ। ਕਿ ਸਾਰੀਆਂ ਖੇਡਾਂ ਚੋਂ ਬਣ ਗਈਆਂ ਸਿਰਮਾਰ ਪਲੇਅਰਾਂ ਦੇ ਹੀ ਸਿਰ ਤੇ ਕਬੱਡੀ ਦੀ ਅਟਾਰ। ਮਿਹਨਤਾਂ ਖੁਰਾਕਾਂ ਤੇ ਜ਼ੋਰ ਰੱਖਿਓ ਤੇ ਬੁਰੀ ਸੰਗਤ ਦਾ ਝੜ ਰੰਗ ਜਾਵੇ ਨਾ, ਸਾਂਭ ਲਓ ਕਬੱਡੀ ਨੂੰ ਖਿਡਾਰੀ ਵੀਰਿਓ। ਉਹ ਨਸ਼ਿਆਂ ਦਾ ਨਾਗ ਇਹਨੂੰ ਡੰਗ ਜਾਵੇ ਨਾ, ਸਾਂਭ ਲਓ ਕਬੱਡੀ ਨੂੰ ਕਬੱਡੀ ਵਾਲਿਓ। ਉਹ ਨਸ਼ਿਆਂ ਦਾ ਨਾਗ ਇਹਨੂੰ ਡੰਗ ਜਾਵੇ ਨਾ। ਮੈਂ ਜਿਹੜਾ ਇਸ ਵੇਲੇ ਬੜਾ ਵਧੀਆ ਖੇਡਿਆ ਜਾਣਾ ਖੇਡ ਕਬੱਡੀ ਦਾ, ਕਿ ਚੱਲ ਮੇਲੇ ਨੂੰ ਚੱਲੀਏ ਪਾਲਾ ਗੇਰ ਤੋਂ ਗੱਡੀ ਦਾ। ਸਾਡੇ ਨੌ ਦਸ ਪੁਰਾਣੇ ਵਾਲੇ ਦੀ ਧਰਤੀ ਤੇ ਮੇਲਾ ਲੱਗਿਆ ਖੇਡ ਕਬੱਡੀ ਦਾ। ਮਣੀ ਧੂੜ ਜੀ, ਸਾਡੇ ਨੌ ਤੇ ਦਸ ਪੁਆਇੰਟ ਆਪਾਂ ਪਹਿਲਾਂ ਦੱਸਣਾ ਟੀਮਾਂ ਨੂੰ। ਸਾਡੇ ਨੌ ਤੇ ਦਸ ਪੁਆਇੰਟ ਹੈ, ਸਾਡੇ ਨੌ ਤੇ ਦਸ ਪੁਆਇੰਟ ਹੈ, ਟੀਮਾਂ ਨੋਟ ਕਰ ਲੈਣ। ਸਾਡੇ ਨੌ ਦਸ ਹੈ ਜੀ। ਭਲੂਰ ਤੇ ਰਾਜਿਆਂ ਦਾ ਜਲਦੀ ਮੈਚ ਸ਼ੁਰੂ ਕਰਵਾਤਾ ਜਾਵੇ, ਰੱਜੀ ਵਾਲਾ ਆ ਗਈ ਹੈ ਤੇ ਮੇਰੀ ਬੇਨਤੀ ਆ ਭਿੰਡਰਾਂ ਦੀ ਟੀਮ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆਵੇ, ਇੰਦਗੜ੍ਹ ਤੇ ਸ਼ਕੂਰ ਨਾਲ ਹੀ। ਉਸ ਤੋਂ ਬਾਅਦ 70 ਕਿਲੋ ਦਾ ਫਾਈਨਲ ਮੈਚ ਖੇਡਿਆ ਜਾਣਾ ਖੇਡ ਕਬੱਡੀ ਦਾ। ਟੀਮਾਂ ਜਿਹੜੀਆਂ ਕਰਕੇ ਤਿਆਰੀਆਂ ਗਰਾਊਂਡ ਦੇ ਵੱਲ ਨੂੰ ਆਉਣਗੀਆਂ। ਮੇਰੇ ਵੀਰ ਜਿਹੜੇ ਪਲੇਅਰ ਜਲਦੀ ਨਾਲ ਖੇਡ ਮੈਦਾਨ ਦੇ ਵੱਲ ਨੂੰ ਪੁੱਜੇ ਹਨ। ਦਾਤੇ ਵਾਲੇ ਡੀਸੀ ਤੂਰ ਨੇ ਵੀ ਬੜਾ ਸੋਹਣਾ ਲਿਖਿਆ ਕਿ ਦਿੱਲੀ ਤੋਂ ਸੜਕ ਜਿਹੜੀ ਆਉਂਦੀ ਹੈ ਪੰਜਾਬ ਨੂੰ, ਫੋਨ ਉੱਤੇ ਦੱਸਾਂ ਇੱਕ ਵਾਰੀ ਮੈਂ ਜਨਾਬ ਨੂੰ, ਯਾਰ ਲੱਭ ਜਾਣੇ ਤੈਨੂੰ ਤਾਂ ਸੁਖਾਲੇ ਨੀ, ਨਕਸ਼ੇ ਪੰਜਾਬ ਦੇ ਨੂੰ ਸਿੱਧਾ ਕਰ ਵੇਖੀ, ਮੋਗਾ ਜ਼ਿਲ੍ਹਾ ਸਾਡਾ ਆਉਂਦਾ ਏ ਵਿਚਾਲੇ ਨੀ, ਨਕਸ਼ੇ ਪੰਜਾਬ ਦੇ ਨੂੰ ਸਿੱਧਾ ਕਰ ਵੇਖੀ, ਮੋਗਾ ਜ਼ਿਲ੍ਹਾ ਸਾਡਾ ਆਉਂਦਾ ਏ ਵਿਚਾਲੇ ਨੀ। ਕਿ ਬਾਬੇ ਦਾਮੂ ਸ਼ਾਹ ਵਾਲਾ ਪਿੰਡ ਜੋ ਲੁਹਾਰਾ ਨੀ, ਇੰਦਗੜ੍ਹ ਝੀੜੀ ਵਿੱਚ ਪੀਰਾਂ ਦਾ ਦੁਆਰਾ ਨੀ, ਸਾਨੂੰ ਸੱਚੀ ਸਰਕਾਰ ਦੇ ਸਹਾਰੇ ਨੀ, ਨਕਸ਼ੇ ਪੰਜਾਬ ਦੇ ਨੂੰ ਸਿੱਧਾ ਕਰ ਵੇਖੀ, ਮੋਗਾ ਜ਼ਿਲ੍ਹਾ ਸਾਡਾ ਆਉਂਦਾ ਏ ਵਿਚਾਲੇ ਨੀ, ਨਕਸ਼ੇ ਪੰਜਾਬ ਦੇ ਨੂੰ ਸਿੱਧਾ ਕਰ ਵੇਖੀ, ਮੋਗਾ ਜ਼ਿਲ੍ਹਾ ਸਾਡਾ ਆਉਂਦਾ ਏ ਵਿਚਾਲੇ ਨੀ। ਮੈਚ ਆਪਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹੈ। ਇੱਕ ਪਾਸੇ ਟੀਮ ਕਹਿੰਦੇ ਵੀ ਰਾਜਿਆਂ ਨੇ ਵੀ ਹੈ, ਦੂਜੇ ਪਾਸੇ ਟੀਮ ਭਲੂਰ ਦੀ ਹੈ।
ਨਾਲ ਹੀ ਸਾਡਾ ਵੀਰ ਅਮਨ ਬਰਾੜ ਲੱਗੇ ਨਾ ਮੁਬਾਰਕਬਾਦ ਭੇਜ ਰਿਹਾ ਸਾਡਾ ਵੀਰ, ਕਹਿੰਦੇ ਵੀ ਪੂਰੇ ਵਧੀਆ ਜਿਹੜੇ ਮੈਚ ਖੇਡੇ ਜਾ ਰਹੇ ਹੈ, ਵੱਡੀ ਮੁਬਾਰਕਬਾਦ ਹੈ ਪੈਰਾਮਾਊਂਟ ਸਪੋਰਟਸ ਕਲੱਬ ਪੁਰਾਣੇ ਵਾਲਾ ਨੂੰ ਨਾਲ ਵਿਦੇਸ਼ਾਂ ਦੇ ਵਿੱਚ। ਗਗੜੇ ਦਾ ਗਗੜੇ ਦੇ ਦੋ ਪਲੇਅਰ ਯਾਰ ਆ ਟਰਾਲੀ ਵਾਲੀ ਸਟੇਜ ਤੇ ਮੈਡਲ ਪਲੀਜ਼ ਆ ਗਏ, ਗਗੜੇ ਦੀ ਟੀਮ ਦੇ ਦੋ ਪਲੇਅਰ ਸਾਨੂੰ ਟਰਾਲੀ ਵਾਲੀ ਸਟੇਜ ਤੇ ਮਿਲਣ। ਹਾਂਜੀ ਲਓ ਸਾਹਮਣੇ ਦੇਖਾਂਗੇ ਵੀ ਜਿਹੜਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਜੱਗਾ ਕਹਿੰਦੇ ਵੀ ਭਲੂਰ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਰਾਜਣ ਪਿੰਡ ਕਹਿੰਦੇ ਵੀ ਬਾਬੇ ਗੁਰਦਿਆਲ ਸਿੰਘ ਬਿੱਲੂ ਦਾ ਪਿੰਡ ਹੈ। ਰਾਜਣ ਦੇ ਕਹਿੰਦੇ ਪੰਡਤ ਨੇ ਲੰਮਾ ਸਮਾਂ ਕਬੱਡੀ ਖੇਡੀ ਹੈ ਤੇ ਜੇ ਸਿਆਸਤ ਦੀ ਗੱਲ ਕਰੀਏ ਤੇ ਸਾਧੂ ਸਿੰਘ ਜੀ ਬਰਾੜ ਹਲਕੇ ਦੇ ਐਮ ਐਲ ਏ ਵੀ ਰਹੇ ਹੈ। ਲਓ ਉਸੇ ਪਿੰਡ ਦਾ ਨੌਜਵਾਨ ਕਹਿੰਦੇ ਵੀ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਜੇ ਜਿਗਰੇ ਹੈੜੀ ਤੰਗੀ ਕਰਦੇ ਜਿਸਮ ਹੱਟੇ ਤੇ ਕੱਟੇ ਉਹ ਕਾਮਯਾਬ ਨਹੀਂ ਹੁੰਦੇ ਜਿਹੜੇ ਲਾਉਂਦੇ ਰੱਟੇ ਕਾਗਜ਼ ਵੀ ਆਪ ਨਹੀਂ ਫੜਦੇ ਲਿਖ ਲਿਖ ਕੇ ਉਹਨਾਂ ਨੂੰ ਫਾੜਨਾ ਪੈਂਦਾ ਏ। ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ। ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ। ਇੱਕ ਪਾਸੇ ਰਾਜਿਆਂ ਨੇ ਵਾਲਾ, ਦੂਜੇ ਪਾਸੇ ਕਹਿੰਦੇ ਵੀ ਤਹਿਸੀਲ ਜੀਰੇ ਦਾ ਏਰੀਆ ਮੇਰ ਸਿੰਘ ਪਿੰਡ ਹੈ, ਹੋਰ ਫਰੀਦ ਨਾਮ ਹੈ ਤੇ ਲੋਕੀ ਵੱਟ ਖਾਣਾ ਡੀਪੀ ਆਖਦੇ ਆ। ਡੀਪੀ ਮੇਰ ਸਿੰਘ ਵਾਲੇ ਪਿੰਡ ਦਾ ਨੌਜਵਾਨ ਕਰਾਹ ਟਾਈਮ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ। ਅਗਲੀ ਕਬੱਡੀ ਪਾਉਣ ਦੇ ਲਈ ਮਾਨੀ ਭਲੂਰ ਪਿੰਡ ਵਾਲਾ ਵਧਿਆ ਹੋਇਆ ਹੈ। ਮੇਰੇ ਵੀਰੇ ਮੇਜਰ ਬਰਾੜ ਦਾ ਪਿੰਡ ਹੈ ਭਲੂਰ। ਲਓ ਸਾਹਮਣੇ ਚਾਰ ਸਟਾਪਰ ਕਹਿੰਦੇ ਰਾਜੇ ਵਾਲੇ ਪਿੰਡ ਦੇ ਹੈ, ਏਰੀਆ ਬਾਗੇ ਪੁਰਾਣੇ ਦਾ ਹੈ ਤੇ ਇਸ ਵੇਲੇ ਨੌਜਵਾਨ ਜਾਫੀ ਰਾਜੇ ਵਾਲੀਆਂ ਕਰਦਾ ਹੋਇਆ ਕੋਸ਼ਿਸ਼। ਕਹਿੰਦੇ ਵੀ ਗੁੱਟ ਦੇ ਫੜਾਕਾਂ ਦੀ ਗੱਲ ਚੱਲੀ, ਬਾਰੇਵਾਲ ਪਿੰਡ ਦੇ ਸਵਰਨੇ ਦਾ ਜ਼ਿਕਰ ਹੋਇਆ, ਗੱਲਾਂ ਚੱਲੀਆਂ ਕਿਰਪਾਲੇ ਸਾਹਿਬ ਦੀਆਂ ਤੇ ਬਾਬਾ ਗੁਰਦਿਆਲ ਸਿੰਘ ਬਿੱਲੂ ਰਾਜੇ ਵਾਲੀਆਂ। ਕਹਿੰਦੇ ਗੁੱਟ ਦਾ ਪੀਰ ਹੋਇਆ, ਕਬੱਡੀ ਦਾ ਬਾਬਾ ਬੋਰਡ ਹੈ ਤੇ ਮੇਰੇ ਵੀਰੇ ਇਸ ਵੇਲੇ ਸਾਹਮਣੇ ਗੱਭਰੂ ਕਬੱਡੀ ਪਾ ਰਿਹਾ ਕਿ ਕੁੱਕੜ ਕਬੂਤਰ ਘੋੜੀਆਂ ਵੱਲੇ ਸ਼ੌਂਕ ਨੇ ਜੱਟਾਂ ਦੇ, ਸੋਨੇ ਦੇ ਦੰਦ ਮੁਰਗੀਆਂ ਕੈਂਠੇ ਮੋਰ ਪਵਾਉਣੇ ਪੱਟਾਂ ਤੇ, ਅੱਧ ਰਿੜਕੇ ਦਾ ਛੰਨਾ ਚੂਰੀ ਦੇਸੀ ਘਿਓ ਤੇ ਸ਼ੱਕਰ ਦੀ, ਉਹ ਲਾ ਮਿਹਨਤਾਂ ਦੇਖ ਜਵਾਨੀ ਕਿੱਦਾਂ ਮੱਛਰ ਦੀ, ਲੰਘਿਆਣੀਆਂ ਬਿਅੰਤ ਪਾਲੇ ਸੀ ਸਾਨ ਖਾਣ ਖੁਰਾਕਾਂ ਪਿੰਡ ਤੋਲੇ ਤੋਂ ਤੇ ਨਹੀਂ ਸੁੱਕਾ ਸੀ ਕੋਈ ਲੰਘਦਾ। ਬਿੱਲੂ ਰਾਜਿਆਣੀਆਂ ਵੈਰੋ ਕੇ ਨੰਜੀ ਤੇ ਰੋਡਿਆਂ ਦੇ ਮੋਹਲੇ ਤੋਂ ਨਹੀਂ ਸੁੱਕਾ ਸੀ ਕੋਈ ਲੰਘਦਾ। ਪੁਰਾਣੇ ਬਜ਼ੁਰਗ ਬੈਠੇ ਹੈ ਜਿਨ੍ਹਾਂ ਨੇ ਉਹ ਪਲੇਅਰ ਖੇਡਦੇ ਵੇਖਿਆ। ਮੇਰੇ ਵੀਰੇ ਆਲਮ ਵਾਲੇ ਪਿੰਡ ਦੇ ਨਿਸ਼ਤਰ ਢਾਂਡੀ ਦੀ ਗੱਲ ਚੱਲੀ, ਗੱਲਾਂ ਚੱਲੀਆਂ ਬਲਵਿੰਦਰ ਫੇਡੇ ਵਰਗਿਆਂ ਦੀਆਂ। ਲਓ ਸਾਹਮਣੇ ਇਸ ਵੇਲੇ ਗੱਭਰੂ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ। ਪਮਾਲ ਵਾਲੇ ਜੀਤੇ ਨੇ ਫੈਸਲਾ ਕੀਤਾ ਹੈ ਵੀ ਪੁਆਇੰਟ ਟ੍ਰੇਡਰ ਦਾ, ਅਗਲੀ ਕਬੱਡੀ ਰਾਜਿਆਂ ਦੀ ਨੌਜਵਾਨ ਗੱਭਰੂ ਦਾ ਹੈ ਤੇ ਮੇਰੇ ਵੀਰ ਖੋਸੇ ਕੋਟਲੇ ਪਿੰਡ ਦਾ ਅਮਰੀਕ ਸਿੰਘ ਇਸ ਵੇਲੇ ਸਿਫਤ ਕਰਦਾ ਪਾਈ ਹੋਈ ਕਬੱਡੀ ਦੀ। ਲਓ ਸਾਹਮਣੇ ਦੇਖਦੇ ਵੀ ਚਾਰ ਜਾਫੀ ਹੈ ਜਿਹੜੇ ਪਿੰਡ ਨੇ ਕਹਿੰਦੇ ਵੀ ਉਹ ਮਾਲਵੇ ਦਾ ਮਸ਼ਹੂਰ ਪ੍ਰਮੋਟਰ ਪੈਦਾ ਕੀਤਾ ਮੇਜਰ ਸਿੰਘ ਜੀ ਬਰਾੜ। ਲਓ ਉਸੇ ਦਾ ਕਹਿੰਦੇ ਵੀ ਭਤੀਜਾ ਨੌਜਵਾਨ ਇਸ ਵੇਲੇ ਗੁਰਪ੍ਰੀਤ ਕਰਦਾ ਕੋਸ਼ਿਸ਼, ਪਰ ਪੁਆਇੰਟ ਜਿਹੜਾ ਕਹਿੰਦੇ ਵੀ ਇਸ ਵੇਲੇ ਰਾਜਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਮਨੀ ਦੀ ਪਾਈ ਹੋਈ ਕਬੱਡੀ ਹੈ, ਹੁਣ ਚਾਰ ਜਾਫੀ ਦੇਖਾਂਗੇ ਵੀ ਰਾਜਿਆਂ ਦੀ ਧਰਤੀ ਦੇ ਹੈ। ਦੂਜੇ ਪਾਸੇ ਕਹਿੰਦੇ ਵੀ ਭਲੂਰ ਵਾਲਾ ਨੌਜਵਾਨ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਭਗਤ ਸਿੰਘ ਨਾ ਚੜਦਾ ਫਾਂਸੀ ਨਾ ਦੁਨੀਆ ਚੇਤੇ ਕਰਦੀ, ਰਾਣੀ ਝਾਂਸੀ ਕੌਣ ਕਹਿੰਦਾ ਜੇ ਵਿੱਚ ਮੈਦਾਨ ਨਾ ਲੜਦੀ, ਕੱਚੇ ਘੜੇ ਦੀ ਗੱਲ ਨਾ ਹੁੰਦੀ ਜੇ ਸੋਹਣੀ ਝਲਾ ਨਾ ਤਰਦੀ, ਰਾਂਝੇ ਦਾ ਇਤਿਹਾਸ ਨਾ ਹੁੰਦਾ ਜੇ ਹੀਰ ਇਸ਼ਕ ਨਾ ਕਰਦੀ, ਗੁਰਦਾਸ ਮਾਨ ਨੇ ਗੌਣਾ ਨਹੀਂ ਸੀ ਜੇ ਕਲਬ ਤਾਕਤ ਨਾ ਫੜਦੀ, ਹਰਜੀਤ ਬਰਾੜ ਨੇ ਮਰਨਾ ਨਹੀਂ ਸੀ ਜੇ ਮੌਤ ਹੁੰਦੀ ਉਹਦੇ ਕਰਦੀ, ਤੇ ਜੇ ਛਾਤੀ ਵਿੱਚੋਂ ਬਲ ਨਾ ਹੋਵੇ ਦੁਨੀਆ ਕਦੇ ਨਾ ਚੇਤੇ ਕਰਦੀ, ਜੇ ਛਾਤੀ ਵਿੱਚ
ਜੋ ਬਲ ਨਾ ਹੋਵੇ ਦੁਨੀਆ ਕਦੇ ਨਾ ਚੇਤੇ ਕਰਦੀ। ਉਹਨਾਂ ਦੇ ਸਰਨਾਵੇ ਪੁੱਛੇ ਜਾਂਦੇ ਨੇ, ਪਤੇ ਟਿਕਾਣੇ ਪੁੱਛੇ ਜਾਂਦੇ ਆ, ਜਿਨ੍ਹਾਂ ਦੇ ਸਰੀਰ ਸਾਂਭੇ ਆ, ਜਿਨ੍ਹਾਂ ਨੇ ਵੱਡੀ ਮਿਹਨਤ ਕੀਤੀ ਹੈ, ਜਿਨ੍ਹਾਂ ਨੇ ਤਪੱਸਿਆ ਕੀਤੀ ਹੈ ਕਿ ਲੜ ਲੱਗ ਗੁਰੂ ਦੇ ਨਾਂ ਵਿੱਚ ਸਿੱਖਣੇ ਪੈਂਦੇ ਨੇ, ਰਹਿਣਾ ਪੈਂਦਾ ਉਹਨਾਂ ਅਸੂਲਾਂ ਦੇ ਵਿੱਚ ਕੋਚ ਜੋ ਕਹਿੰਦੇ ਨੇ। ਜ਼ਰੂਰੀ ਹੁੰਦਾ ਖਿਡਾਰੀ ਲਈ ਨਿਮਰਤਾ ਤੇ ਪਿਆਰ ਮਿੱਤਰੋ, ਬਾਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ, ਬਾਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ। ਲਓ ਭਲੂਰ ਵਾਲਾ ਗੁਰਪ੍ਰੀਤ ਕਹਿੰਦੇ ਰੱਖਦਾ ਧੌਣ ਤੇ ਹੱਥ ਲਓ ਸਾਹਮਣੇ, ਕਹਿੰਦੇ ਵੀ ਸਮਾਂ ਬੀਤਿਆ ਤੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਹੈ, ਸਮਾਂ ਸਮੁੰਦਰ ਦੀਆਂ ਲਹਿਰਾਂ ਤੇ ਮੌਤ ਕਦੋਂ ਉਡੀਕਦੇ ਹੈ ਕਿਸੇ ਨੂੰ। ਲਓ ਸਾਹਮਣੇ ਹੁਣ ਪਾਈ ਹੋਈ ਕਬੱਡੀ ਤੇ ਸਿਫਤ ਕਰੇਗਾ ਕੋਟਰੀ ਪਿੰਡ ਦਾ ਹਰਦੀਪ ਸਿੰਘ। ਲਾ ਇਸੇ ਲਈ ਭਲੂਰ ਪਿੰਡ ਵਾਲੇ ਨੌਜਵਾਨ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ। ਕਬੱਡੀ ਦੇ ਸਟਾਰ ਬਣਨ ਦੇ ਲਈ ਮਿਹਨਤਾਂ ਕਰਨੀਆਂ ਪੈਂਦੀਆਂ ਹੈ, ਮੁਸ਼ਕਤਾਂ ਕਰਨੀਆਂ ਪੈਂਦੀਆਂ ਹੈ ਮੇਰੇ ਵੀਰੋ, ਕੱਲ ਨਾ ਕੱਲ ਨਹੀਂ ਪੈਂਦੀ ਹੈ, ਘਰ ਖਾਣੇ ਪੈਂਦੇ ਕਬੱਡੀ ਦੇ ਸਟਾਰ ਬਣਨ ਦੇ ਲਈ, ਕਿ ਕਰਨੇ ਖੁਰਾਕਾਂ ਉੱਤੇ ਖੁੱਲੇ ਖਰਚੇ, ਐਵੇਂ ਨਹੀਂ ਉਹ ਯੋਧੇ ਆਏ ਹੁੰਦੇ ਚਰਚੇ, ਚੁੰਗੜੀਆਂ ਬੂਰੀਆਂ ਬਦਾਮ ਚੱਬਣੇ ਤੇ ਡੋਲਿਆਂ ਨੇ ਜਿੰਮ ਨਾਲ ਸ਼ਿੰਗਾਰ ਬਣਨਾ, ਪੈਂਦੀ ਹੈ ਜਵਾਈਆਂ ਵਾਂਗੂ ਜਾਨ ਸਾਂਭਣੀ, ਸੌਖਾ ਨਹੀਂ ਕਬੱਡੀ ਦਾ ਸਟਾਰ ਬਣਨਾ, ਸੌਖਾ ਨਹੀਂ ਕਬੱਡੀ ਦਾ ਸਟਾਰ ਬਣਨਾ ਮੇਰੇ ਵੀਰੋ, ਮਿਹਨਤ ਕਰਨੀ ਪੈਂਦੀ ਹੈ ਕਬੱਡੀ ਦੇ ਸਟਾਰ ਬਣਨ ਦੇ ਲਈ ਮੇਰੇ ਵੀਰੋ, ਮੁਸ਼ਕਤ ਕਰਨੀ ਪੈਂਦੀ ਹੈ ਕਬੱਡੀ ਦੇ ਸਟਾਰ ਬਣਨ ਦੇ ਲਈ। ਇਸੇ ਲਈ ਮੈਚ ਜਿਹੜਾ ਸਮਾਪਤ ਹੋ ਚੁੱਕਿਆ ਹੈ, ਔਰ ਇਸ ਮੈਚ ਦੇ ਵਿੱਚੋਂ ਭਲੂਰ ਦੀ ਟੀਮ ਜਿਹੜੀ ਜੇਤੂ ਹੈ, ਮਿੰਦੂ ਵੀਰੇ ਨੋਟ ਕਰ ਲਓ ਭਲੂਰ ਜੇਤੂ ਹੈ, ਮੇਰੇ ਪ੍ਰਬੰਧਕ ਵੀ ਨੋਟ ਕਰ ਲੈਣ ਜਿਹੜੀ ਟੀਮ ਭਲੂਰ ਦੀ ਜੇਤੂ ਹੈ। ਜੇ ਫਾਈਨਲ ਦੀਆਂ ਦੋਨੋਂ ਟੀਮਾਂ ਆ ਗਈਆਂ ਤਾਂ ਫਾਈਨਲ ਮੈਚ ਕਰਵਾ ਦਿਓ 70 ਕਿਲੋ ਭਾਰ ਦਾ, ਰੱਜੀ ਵਾਲਾ ਤੇ ਪਿੰਡਰ ਦੇ ਮੈਚ ਤੋਂ ਬਾਅਦ ਫਾਈਨਲ ਕਰਵਾਉਣੇ ਆ। ਔਰ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਹੈ 70 ਕਿਲੋ ਦਾ ਫਾਈਨਲ ਮੈਚ ਹੈ, ਉਹ ਟੀਮਾਂ ਤਿਆਰ ਰਹਿਣ। ਔਰ ਨਾਲ ਹੀ ਅਸੀਂ ਹਾਂਜੀ, ਇਸ ਤੋਂ ਬਾਅਦ ਜਿਹੜਾ ਇੰਦਗੜ੍ਹ ਦੇ ਸਕੂਰ ਦਾ ਮੈਚ ਹੋਣਾ, ਉਸ ਤੋਂ ਬਾਅਦ ਫਾਈਨਲ ਮੈਚ। ਪਿੰਡਰ ਤੇ ਰਜੀ ਵਾਲਾ ਦੋਨੋਂ ਟੀਮਾਂ ਸਾਈਡਾਂ ਲੈ ਲੈਣ, 9.5 ਤੇ 10 ਪੁਆਇੰਟ ਹੈ, ਜਲਦੀ ਨਾਲ ਦੋਨੋਂ ਟੀਮਾਂ ਸਾਈਡਾਂ ਲੈ ਲੈਣ, ਜਿੰਨੀ ਜਲਦੀ ਵੀਰੇ ਤੁਸੀਂ ਮੈਚ ਖੇਡੋਗੇ ਉਨੀ ਜਲਦੀ ਜਿਹੜੇ ਮੈਚ ਜੋੜੇ ਹੈ ਸਾਡੇ ਵੀਰ ਹੈਪੀ ਹੋਣੀ ਪੰਜਾਬ ਲਾਈਵ ਵਾਲੇ ਵੱਡੇ ਮਾਣ ਦੇ ਰਹੇ ਨੇ, ਬੋਲਾਂ ਤੋਂ ਖੁਸ਼ ਹੋ ਕੇ ਬਹੁਤ ਬਹੁਤ ਧੰਨਵਾਦ ਨੇ, 1,000 ਰੁਪਇਆ ਜਿਹੜਾ ਦੇ ਰਹੇ ਨੇ ਸਾਡੇ ਵੀਰ, ਬਹੁਤ ਬਹੁਤ ਧੰਨਵਾਦ। ਪੰਜਾਬ live1.com ਦੇ ਜ਼ਰੀਏ ਕੱਲੀ ਕੱਲੀ ਕਬੱਡੀ ਜਾ ਰਹੀ ਹੈ ਅੱਜ ਪੂਰੀ ਦੁਨੀਆ ਭਰ ਦੇ ਵਿੱਚ, ਤੇਜੀ ਰਾਮੋਵਾਲੀਆ ਸਾਡਾ ਵੀਰ ਵਿਸ਼ੇਸ਼ ਤੌਰ ਤੇ ਪੁੱਜਿਆ ਹੈ, ਬਦਲੀ ਦੇ ਰਾਜ ਹੋਣੀ ਬੈਠੇ ਨੇ, ਸੋਨੀ ਸਵਾਦੀ ਵਰਗੇ ਸੋਨੀ ਦੌਦਰ ਹੋਣੀ ਨਾਲ, ਬੈਰੋਕੀ ਦਾ ਧਾਨਾ ਬੈਠਾ ਹੈ, ਪਿੰਡਰ ਪਿੰਡ ਦਾ ਬਲਜਿੰਦਰਾ ਬੈਠਾ ਮੇਰੇ ਵੀਰ ਅੱਜ ਹੇਜ ਕਬੱਡੀ ਕਲੱਬ ਵਾਲਾ, ਤੇ ਹੀਰਾ ਪਿੰਡਰਾ ਵਾਲਾ ਵੀ ਬੈਠਾ ਕੈਨੇਡਾ ਦੇ ਵਿੱਚ, ਇਹਨਾਂ ਮੈਚਾਂ ਦਾ ਲਾਈਵ ਆਨੰਦ ਮਾਣ ਰਹੇ ਨੇ ਵੀਰ। ਗੋਗੋਵਾਣੀ ਪਿੰਡ ਦਾ ਗਗਨ ਇਸ ਵੇਲੇ ਟੇਕਦਾ ਧਰਤੀ ਬਾਹ ਨੂੰ ਮੱਥਾ, ਦੁਨੀਆ ਭਰ ਦੇ ਟਾਪ ਦੇ ਪਲੇਅਰ ਪੁੱਜੇ ਅੱਜ ਇਸ ਧਰਤੀ ਤੇ ਮੇਰੇ ਵੀਰ, ਦੁਨੀਆ ਭਰ ਦੇ ਮਹਾਨ ਕਬੱਡੀ ਦੇ ਖਿਡਾਰੀ ਸੰਤ ਮਹਾਂਪੁਰਸ਼ ਸੰਤ ਬਾਬਾ ਜਰਨੈਲ ਦਾਸ ਜੀ ਗਊਸ਼ਾਲਾ ਵਾਲਾ ਦੇ ਵੱਡੇ ਆਸ਼ੀਰਵਾਦ ਸਦਕਾ ਅੱਜ ਇਹ ਦੂਸਰਾ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਵਿਰਚੇ ਨਹੀਂ ਜਾਣੇ, ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਵਿਰਚੇ ਨਹੀਂ ਜਾਣੇ। ਰੱਜੀ ਵਾਲਾ ਪਿੰਡ ਦੀ ਟੀਮ ਜਿਹੜੀ ਅੰਮ੍ਰਿਤਪਾਲ ਨੋਟ ਕਰ ਲਈ, ਇਸ ਵੇਲੇ ਲਹਿੰਦੇ ਵਾਲੇ ਪਾਸੇ ਅਤੇ ਚੜ੍ਹਦੇ ਵਾਲੇ ਪਾਸੇ ਟੀਮ ਪਿੰਡਰ ਪਿੰਡ ਦੀ ਹੈ। ਰੱਜੀ ਵਾਲਾ ਪਿੰਡ ਕਹਿੰਦੇ ਜੁਗਰਾਜ ਪੱਪੀ ਵਰਗਿਆਂ ਦਾ ਪਿੰਡ ਹੈ, ਬਿੰਦਰ ਮੋਟੇ ਵਰਗਿਆਂ ਦਾ ਪਿੰਡ ਹੈ, ਪਿੰਡਰ ਪਿੰਡ ਕਹਿੰਦੇ ਮਾਂ ਖੇਡ ਕਬੱਡੀ ਦੀ ਨਰਸੀ ਵੱਲੋਂ ਜਾਣਾ ਜਾਣ ਵਾਲਾ ਪਿੰਡ ਹੈ, ਅਨੇਕਾਂ ਕਬੱਡੀ ਦੇ ਖਿਡਾਰੀ ਖੇਡ ਪ੍ਰਮੋਟਰ ਪੈਦਾ ਕੀਤੇ ਹੈ, ਦੇਵ ਦਿਆਲਪੁਰਾ ਜੀ ਉਹ ਗ੍ਰਾਂਟ ਜਾ ਜਾਣ
ਮੇਰੀ ਮੇਰੀ ਬੇਨਤੀ ਹੈ ਨਾਲ ਕਰਮਾ ਸਾਡਾ ਵੀਰ ਚੱਕਰਵਾਲਾ ਦੋਨੋਂ ਵੀਰ ਜਿਹੜੇ ਆ ਕੇ ਜ਼ਿੰਮੇਵਾਰੀਆਂ ਸਾਂਭਣ। ਇਸ ਵੇਲੇ ਭਾਣੇ ਦੀ ਧਰਤੀ ਦਾ ਸੇਵਕ ਸਿੰਘ ਰਾਜਵਾਲ ਗੱਭਰੂ ਕਬੱਡੀ ਪਾਉਂਦਾ ਹੋਇਆ ਚਾਰ ਜਾਫੀਆ ਰਾਜੀਵਾਲ ਦੀ ਧਰਤੀ ਦੇ ਤੇ ਸੁਖਚੈਨ ਸਿੰਘ ਇਸ ਵੇਲੇ ਗੱਭਰੂ ਕਰਨ ਦਾ ਕੋਸ਼ਿਸ਼ ਖੇਡ ਦੇ ਮੈਦਾਨ ਦੇ ਵਿੱਚ। ਇਹ ਕਹਿੰਦੇ ਜੁਗਰਾਜ ਪੱਪੀ ਦਾ ਭਤੀਜਾ ਜੀ ਨੇ ਹੁਣ ਬਡਿੰਗਵਾਲ ਪਾਇਆ ਹੈ। ਲਓ ਇੱਕ ਪਾਸੇ ਕਹਿੰਦੇ ਵੀ ਮੁੰਡਾ ਫਰੀਦਕੋਟ ਦੀ ਭਾਣਾ ਪਿੰਡ ਹੈ ਸੇਵਕ ਨਾਮ ਹੈ ਕਿ ਮੁੰਡਿਆ ਵੇ ਮੁੰਡਿਆ ਫਰੀਦਕੋਟ ਹੀ ਆ ਮੇਰੀ ਅੱਖ 'ਚ ਸ਼ਰਾਰਤ ਨੱਚਦੀ ਹੈ। ਮੁੰਡੇ ਆਵੇ ਮੁੰਡਿਆ ਫਰੀਦਕੋਟ ਹੀ ਆ ਤੇਰੀ ਅੱਖ 'ਚ ਸ਼ਰਾਰਤ ਨੱਚਦੀ ਹੈ। ਕਹਿੰਦੇ ਵੀ ਜਦੋਂ ਹਰਜੀਤ ਬਰਾੜ ਨੇ ਕਬੱਡੀ ਪਾਈ ਤੇ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਮਾਈਕ ਤੋਂ ਬੋਲ ਬੋਲੇ ਸੀ ਵੀ ਮੁੰਡੇ ਆਵੇ ਮੁੰਡਿਆ ਫਰੀਦਕੋਟ ਹੀ ਆ, ਤਾਂ ਉਹ ਸਾਹਮਣੇ ਦੇਖਦੇ ਆ ਵੀ ਨਿੱਕਾ ਰੱਜੀ ਵਾਲੇ ਪਿੰਡ ਦਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ। ਇਹ ਕਹਿੰਦੇ ਵੀ ਪੰਜਾਬ ਦੇ ਕਾਨਵੈਂਟ ਸਕੂਲਾਂ ਦਾ ਪੜ੍ਹਿਆ ਨੌਜਵਾਨ ਹੈ ਤੇ ਗੁਰੂ ਨਾਨਕ ਕਾਲਜ ਮੋਗਾ ਤੋਂ ਗ੍ਰੈਜੂਏਸ਼ਨ ਕੀਤੀ ਆ ਰੱਜੀ ਵਾਲੇ ਪਿੰਡ ਦਾ। ਕਹਿੰਦੇ ਵੀ ਨਿੱਕਾ ਜੱਫਾ ਖਾ ਬੈਠਾ ਔਰ ਪਿੰਡਰਾਂ ਵਾਲਾ ਬੱਬੂ ਕਹਿੰਦੇ ਵੀ ਬੱਲੇ ਬੱਲੇ ਕਰਵਾਉਂਦਾ ਆਪਣੀ ਟੀਮ ਦੇ ਲਈ। ਅਗਲੀ ਕਬੱਡੀ ਪਾਉਣ ਦੇ ਲਈ ਗਗੜੇ ਵਾਲੇ ਜਸਵੰਤ ਸਿੰਘ ਫੌਜੀ ਦਾ ਪੁੱਤਰ ਵਧਿਆ ਹੋਇਆ। ਕਹਿੰਦੇ ਵੀ ਗਰਮੀਆਂ ਦੇ ਸੀਜ਼ਨ ਦਾ ਵੀ ਟਾਪ ਦਾ ਰੇਡਰ ਹੈ ਤੇ ਮੇਰੇ ਵੀਰ ਆਹ ਸੀਜ਼ਨ ਵੀ ਇਸ ਗੱਭਰੂ ਲਈ ਪੂਰਾ ਵਧੀਆ ਰਿਹਾ ਹੈ। ਮਈਆਂ ਵਾਲੇ ਦਾ ਖੇਡ ਮੇਲਾ ਲੁੱਟਿਆ, ਅਨੇਕਾਂ ਐਲਸੀਡੀਆਂ ਜਿੱਤੀਆਂ, ਟੀਵੀ ਜਿੱਤੇ ਹੈ, ਸਾਡੇ ਨਾਂ ਤੇ 10 ਪੁਆਇੰਟ ਦਿੱਤੇ ਗਏ ਨੇ ਇਸ ਮੈਚ ਨੂੰ। ਗਗੜੇ ਪਿੰਡ ਦਾ ਗੋਲੂ ਇਸ ਵੇਲੇ ਕਬੱਡੀ ਪਾਉਂਦਾ ਹੋਇਆ, ਚੜ੍ਹਦੀ ਕੱਲੀ ਸੂਚਕ ਦੇ ਬਲਕਰਨ ਸਿੰਘ ਦੀ ਹੈ ਤੇ ਆ ਜਾਫੀ ਰੱਜੀ ਵਾਲੇ ਪਿੰਡ ਦਾ ਤੇ ਗੋਲੂ ਨੌਜਵਾਨ ਗੱਭਰੂ ਨੱਚਦਾ ਟੱਪਦਾ ਪੁਆਇੰਟ ਲੈ ਕੇ ਵਾਪਸ ਵਧਿਆ ਹੈ। ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸਾਡੇ ਵੀਰ ਗੁਰਦੀਪ ਜਾੜਾ ਜੀ, ਉਹ ਕਹਿੰਦੇ ਵੀ ਪਿੰਡਰਾਂ ਵਾਲੇ ਜਿੰਨੇ ਜਾਫੀ ਜੱਫੇ ਲਾਉਣਗੇ ਹਰ ਇੱਕ ਜੱਫੇ ਤੇ 100-100 ਦੇ ਨੋਟ ਦਿੱਤੇ ਜਾਣੇ ਹੈ। ਇਸੇ ਲਈ ਗੱਭਰੂ ਨੇ ਕਬੱਡੀ ਪਾਈ ਹੈ। ਮਲਕੀਤ ਸਿੰਘ ਪਿੰਡਰ ਪਿੰਡ ਵਾਲਾ ਕੋਸ਼ਿਸ਼ ਕਰਦਾ ਤੇ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੈ। ਸਾਡੇ ਵੀਰ ਚਮਕਾਰ ਜਾੜ ਦੀ ਉਹ ਵੀ ਬੋਲਣ ਤੋਂ ਖੁਸ਼ ਹੋ ਕੇ ਵੱਡੇ ਮਾਣ ਭੇਜ ਰਹੇ ਨੇ, ਬਹੁਤ ਬਹੁਤ ਧੰਨਵਾਦ ਨੇ ਇਹਨਾਂ ਭਰਾਵਾਂ ਦੇ। 500 ਰੁਪਏ ਦੇ ਰਹੇ ਨੇ ਉਹ ਵੀਰ ਗੋਲੂ ਗਗੜੇ ਪਿੰਡ ਵਾਲਾ। ਇਸੇ ਲਈ ਅਗਲੀ ਕਬੱਡੀ ਪਾ ਰਿਹਾ ਕਿ ਨਾ ਕਰ ਪੈਸਿਆਂ ਦਾ ਮਾਣ ਕੀ ਭਰੋਸਾ ਜਿੰਦ ਦਾ, ਇੰਨਾ ਲੰਮਾ ਵੀ ਨਾ ਸੋਚ ਕੀ ਪਤਾ ਹੈ ਬਿੰਦ ਦਾ, ਲੋਭ ਲਾਲਚ ਚ ਆ ਕੇ ਤੈਨੂੰ ਰੱਬ ਵੀ ਨਹੀਂ ਯਾਦ ਤੇ ਖਾਲੀ ਯਾਦ ਕਿੱਥੇ ਹੋਣਾ ਕੀ ਪਤਾ ਹੈ ਟਿੰਡ ਦਾ, ਉਹ ਤਾਂ ਬੇਅੰਤ ਬਰਾੜਾ ਇੱਕੋ ਨਿਗਾਹ ਨਾਲ ਤੱਕੇ ਤੇ ਉਹਦੇ ਘਰ ਵਿੱਚ ਵੱਡਾ ਨਾਹੀਂ ਨਿੱਕਾ ਚੱਲਦਾ ਤੇ ਚੰਗੇ ਮਾੜੇ ਦਿਨ ਯਾਰਾ ਰੱਖ ਸਾਂਭ ਕੇ, ਸਦਾ ਨਹੀਂ ਬੰਦੇ ਦਾ ਇੱਥੇ ਸਿੱਕਾ ਚੱਲਦਾ, ਸਦਾ ਨਹੀਂ ਬੰਦੇ ਦਾ ਇੱਥੇ ਸਿੱਕਾ ਚੱਲਦਾ। ਚੰਗੇ ਮਾੜੇ ਦਿਨਾਂ ਦੀ ਗੱਲ ਮੇਰੇ ਵੀਰੋ, ਰੱਜੀ ਵਾਲੇ ਪਿੰਡ ਦਾ ਨਿੱਕਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਕਹਿੰਦੇ ਵੀ ਰੱਜੀ ਵਾਲੀਏ ਜਰਨੈਲ ਸਿੰਘ ਦੇ ਸਪੁੱਤਰ ਦੀ ਪਾਈ ਹੋਈ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਹੈ। ਇਹ ਵੀ ਕਹਿੰਦੇ ਪੰਜਾਬ ਦੇ ਕਬੱਡੀ ਕੱਪਾਂ ਦੇ ਘੱਲਾਂ ਵਾਲੇ ਸੁੱਖ ਦੀ ਟੀਮ ਲਈ ਖੇਡਦਾ, ਔਗੜਾਂ ਵਾਲੇ ਕਬਿੱਕਰ ਉਹਨਾਂ ਦੀ ਟੀਮ ਦੇ ਲਈ, ਬਾਰੇ ਵਾਲੇ ਦੇ ਕਹਿੰਦੇ ਟੋਂਡੇ ਉਹਨਾਂ ਦੀ ਟੀਮ ਵੱਲੋਂ ਖੇਡਦਾ ਨੌਜਵਾਨ ਪੰਜਾਬ ਦੇ ਕਬੱਡੀ ਕੱਪਾਂ ਦੇ ਨਿੱਕਾ ਰੱਜੀ ਵਾਲੇ ਪਿੰਡ ਦਾ ਔਰ ਪੁਆਇੰਟ ਜਿਹੜਾ ਭਿੰਡਰਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਅਗਲੀ ਕਬੱਡੀ ਕਹਿੰਦੇ ਭਾਣੇ ਦੀ ਧਰਤੀ ਦਾ ਸੇਵਕ ਸਿੰਘ ਨੌਜਵਾਲ ਗੱਭਰੂ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਨਾਲੇ ਸਾਡੇ ਦਰਮਿਆਨ ਸ਼੍ਰੀ ਜੋਗਿੰਦਰਪਾਲ ਜੀ ਜੈਨ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਨਾਲ ਜਿਹੜੇ ਵਿਸ਼ੇਸ਼ ਤੌਰ ਤੇ ਪੁੱਜ ਚੁੱਕੇ ਨੇ ਸ਼੍ਰੀ ਜੋਗਿੰਦਰਪਾਲ ਜੀ ਜੈਨ, ਉਹ ਵੀ ਚੰਦ ਮਿੰਟਾਂ ਦੇ ਵਿੱਚ ਸਾਡੇ ਦਰਮਿਆਨ ਪੁੱਜਣਗੇ। ਅਸੀਂ ਉਹਨਾਂ ਨੂੰ ਵੀ ਇੱਥੇ ਪੁੱਜਣ ਤੇ ਜੀ ਆਖਾਂਗੇ। ਸ਼ੂਸ਼ਕ ਪਿੰਡ ਹੈ ਮੁੰਡਾ ਫਿਰੋਜ਼ਪੁਰੀ ਦੇ, ਇੱਕ ਪਾਸੇ ਫਰੀਦਕੋਟੀਆ ਦੀ ਕਬੱਡੀ ਹੈ ਤੇ ਪੁਆਇੰਟ ਜਾਫੀ ਦਾ ਖੇਡ ਮੈਦਾਨ ਦੇ ਵਿੱਚ। ਵਾਹ ਓਏ ਨੌਜਵਾਨ, ਕਿ ਚਾਹੀਦਾ ਸੁਭਾਅ ਮਿੱਠਾ ਜਾਂ ਮਲਾਪੜਾ, ਪਿੱਠ ਉੱਤੇ ਮਾਪਿਆਂ ਦਾ ਹੋਵੇ ਥਾਪੜਾ, ਤੇ ਮੇਰੇ ਵੀਰੋ ਨਿੱਤ ਨੇ ਵਾਂਗੂ ਪੈਂਦੀ ਗੇਮ ਪੂਜਣੀ ਤੇ ਸ਼ੌਂਕ ਜੋਧਿਆ ਇਹੋ ਰੁਜ਼ਗਾਰ ਬਣਨਾ, ਬੜੇ ਦੁੱਖ ਸਹਿਣੇ ਪੈਂਦੇ ਨੇ ਸਰੀਰ ਤੇ, ਸੌਖਾ ਨੀ ਕਬੱਡੀ ਦਾ ਸਟਾਰ ਬਣਨਾ, ਸੌਖਾ ਨੀ ਕਬੱਡੀ ਦਾ ਸਟਾਰ ਬਣਨਾ। ਬਬਲੀ ਰਾਮੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਕਹਿੰਦੇ ਵੀ ਸਾਹਮਣੇ ਬਾਬਾ ਕਰਮ ਸਿੰਘ ਕਲਾ ਪੈਂਤਗੜ ਵੀ ਖੇਡੂਗੀ ਤਾਂ ਰਸੂਲਪੁਰ ਵੀ, ਉਹਨਾਂ ਨੇ ਆਵਾਜ਼ ਮਾਰ ਲਈ। ਕੱਲੀ ਜਨੇਦ ਜਨੇਦਪੁਰਾ ਤੇ ਦੌਦਰ ਨੀ ਖੇਡੀ, ਇੱਕ ਬੰਦਾ ਡੋਟ ਨੀ ਖੇਡੀ, ਤਿੰਨਾਂ ਟੀਮਾਂ ਨੇ ਐਂਟਰ ਕਰਨੀਆਂ ਹੈ। ਲਓ ਸਾਹਮਣੇ ਕਹਿੰਦੇ ਵੀ ਨੌਜਵਾਨ ਇਸ ਵੇਲੇ ਬਾਬਲੀ ਰਾਮੇ ਦੀ ਧਰਤੀ ਦਾ, ਔਰ ਜਿਹੜੀ ਸੱਟ ਲੱਗੀ ਇਸ ਨੌਜਵਾਨ ਪਲੇਅਰ ਦੇ, ਪਰਮਾਤਮਾ ਕਰੇ ਵੀ ਜਿਹੜੀ ਵਾਲ ਵੀ ਵੇਂਗਾ ਨਾ ਹੋਵੇ ਇਸ ਨੌਜਵਾਨ ਖਿਡਾਰੀ ਦਾ।
ਲੱਖ ਲੱਖ ਦੀ ਕਬੱਡੀ ਪਾਉਣ ਵਾਲੇ ਹੋ, ਤੁਹਾਡਾ ਵਾਲ ਵੀ ਵਿੰਗਾ ਨਾ ਹੋਵੇ। ਅਰਦਾਸ ਬੇਨਤੀ ਹੈ ਵੀ ਕਿਸੇ ਦੇ ਕੋਈ ਸੱਟ ਨਾ ਲੱਗੇ। ਨਾਲ ਹੀ ਸਾਡੇ ਦਰਮਿਆਨ ਸ੍ਰੀ ਜੋਗਿੰਦਰਪਾਲ ਜੀ ਜੈਨ MLA ਸਾਹਿਬ, ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਣਗੇ, ਅਸੀਂ ਉਹਨਾਂ ਨੂੰ ਵੀ ਇੱਥੇ ਪਹੁੰਚਣ ਤੇ ਜੀ ਆਇਆਂ ਆਖਾਂਗੇ। ਔਰ ਇਸ ਵੇਲੇ ਹਲਕੀ ਦੀ ਜਿਹੜੀ ਸੱਟ ਲੱਗੀ ਹੈ ਪਲੇਅਰ ਦੇ, ਮੂਵ ਸਪਰੇ ਜਿਹੜੀ ਦਿਓ ਮੇਰੇ ਵੀਰ, ਮੂਵ ਸਪਰੇ ਹੈਗੀ ਹੈ ਜੀ, ਮਿਹਰਬਾਨੀ। ਹਲਕੀ ਦੀ ਸੱਟ ਲੱਗੀ ਆ ਸਾਡੇ ਵੀਰ ਦੇ, ਕਿ ਲੱਗੇ ਸੱਟ ਨਾ ਗਰਾਊਂਡਾਂ ਵਿੱਚ ਕਿਸੇ ਵੀ ਖਿਡਾਰੀ ਨੂੰ, ਦੇਵੇ ਰਿਜ ਕੋ ਸਾਨੂੰ ਤੋਟ ਆਵੇ ਨਾ ਭੰਡਾਰੀ ਨੂੰ, ਕੋਈ ਹੱਥਾਂ ਪੈਰਾਂ ਦਾ ਸਿਆਣਾ ਹੋਵੇ ਤਾਂ ਵੀਰ ਜਿਹੜਾ ਗਰਾਊਂਡ 'ਚ ਆ ਜਾਵੇ, ਕੋਈ ਵੀਰ ਜੇਕਰ ਹੱਡਾਂ ਪੈਰਾਂ ਦਾ ਸਿਆਣਾ ਹੋਵੇ ਤਾਂ ਗਰਾਊਂਡ 'ਚ ਆਵੇ। ਪਲੇਅਰ ਦੀ ਜਿਹੜੀ ਸੱਟ ਲੱਗੀ ਹੈ, ਬੱਬੇ ਸਪਰੇ ਹੈਗੀ ਬਾਈ, ਹੈਗੀ ਹਾਂਜੀ। ਬਾਬਾ ਕਰਮ ਸਿੰਘ ਕਲੱਬ ਇੰਦਗੜ੍ਹ ਤੇ ਰਸੂਲਪੁਰ ਵੀ ਆ ਰਹੀ ਹੈ ਗਰਾਊਂਡ ਦੇ ਵੱਲੋਂ, ਕਹਿੰਦੇ ਵੀ ਅਸੀਂ ਵੀ ਖੇਡਾਂਗੇ। ਬਾਬਾ ਕਰਮ ਸਿੰਘ ਕਲੱਬ ਇੰਦਗੜ੍ਹ ਤੇ ਰਸੂਲਪੁਰ ਵੀ ਆ ਰਹੀ ਹੈ ਗਰਾਊਂਡ ਵੱਲੋਂ, ਉਹ ਵੀ ਟੀਮਾਂ ਜਿਹੜੀਆਂ ਤਿਆਰੀ ਕਰ ਲੈਣ। ਬਾਬਾ ਕਰਮ ਸਿੰਘ ਕਬੱਡੀ ਕਲੱਬ ਇੰਦਗੜ੍ਹ ਵਰਸਿਜ ਰਸੂਲਪੁਰ ਦੀਆਂ ਟੀਮਾਂ ਵੀ ਕਰਕੇ ਤਿਆਰੀਆਂ, ਖੇਡ ਗਰਾਊਂਡ ਦੇ ਵੱਲ ਪਹੁੰਚਣਗੀਆਂ। ਮੇਰੀ ਬੇਨਤੀ, ਟੀਮਾਂ ਜਿਹੜੀਆਂ ਆਪੋ ਆਪਣੇ ਮੈਚਾਂ ਦੇ ਮੁਤਾਬਕ ਗਰਾਊਂਡ 'ਚ ਆਉਣਗੇ। ਇਸ ਮੈਚ ਤੋਂ ਬਾਅਦ ਫਾਈਨਲ ਮੈਚ ਹੋਣਾ 70 ਕਿਲੋ ਭਾਰ ਦਾ, ਖੁਖਰਾਣਾ ਤੇ ਪੁਰਾਣੇਵਾਲ ਏ ਦਾ, ਇਹ ਵੀ ਟੀਮਾਂ ਤਿਆਰੀ ਰੱਖਣਗੀਆਂ। ਔਰ ਜਿੱਥੇ ਸਾਡਾ ਵੀਰ ਮਨਦੀਪ ਕਹਿੰਦੇ ਵੀ ਡੈਂਪੀ ਆਸਟ੍ਰੇਲੀਆ ਦੇ ਵਿੱਚ ਬੈਠਾ ਹੈ, ਉੱਥੇ ਸਾਡਾ ਵੀਰ ਗੈਂਸਾ ਕਹਿੰਦੇ ਵੀ ਹਾਂਗਕਾਂਗ ਦੇ ਵਿੱਚ ਬੈਠਾ ਹੋਵੇ। ਵੀਰ ਪੰਜਾਬ ਲਾਈਵਨ ਦੇ ਜ਼ਰੀਏ ਮੁਬਾਰਕਬਾਦ ਭੇਜ ਰਹੇ ਆ ਸਾਡੇ ਪ੍ਰਧਾਨ ਸਾਹਿਬ ਹੋਣਿਆਂ ਨੂੰ, ਪੈਰਾਮਾਊਂਟ ਸਪੋਰਟਸ ਕਲੱਬ ਨੂੰ ਵੱਡੀ ਮੁਬਾਰਕਬਾਦ ਭੇਜੀ ਜਾ ਰਹੀ ਹੈ। ਸਾਡਾ ਵੀਰ ਗੈਂਸਾ ਹਾਂਗਕਾਂਗ ਦੇ ਵਿੱਚ ਬੈਠਾ ਹੈ, ਮਨਦੀਪ ਡੈਂਪੀ ਸਾਡਾ ਵੀਰ ਆਸਟ੍ਰੇਲੀਆ ਦੇ ਵਿੱਚ ਬੈਠਾ ਹੈ, ਜੁਗਰਾਜ ਬਰਾੜ ਜੀ ਸਾਡੇ ਕੈਨੇਡਾ ਦੇ ਵਿੱਚ ਬੈਠੇ ਹੈ, ਵੱਡੇ ਆਦਰ ਸਤਿਕਾਰ ਭੇਜ ਰਹੇ ਅਵਤਾਰ ਬਰਾੜ ਹਾਂਗਕਾਂਗ ਲੰਘੇ ਨਾ। ਔਰ ਸਾਰੇ ਵੀਰਾਂ ਵੱਲੋਂ ਮਾਨ ਸਨਮਾਨ ਬਖਸ਼ੇ ਜਾ ਰਹੇ, ਅਮਰ ਬਰਾੜ ਜੀ ਸਾਰੇ ਵੀਰਾਂ ਦਾ ਧੰਨਵਾਦ ਹੈ। ਔਰ ਅਗਲੇ ਮੈਚਾਂ ਦੇ ਲਈ ਸਾਡੇ ਜਲਦੀ ਸਾਡੇ ਦਰਮਿਆਨ ਸਾਡੇ MLA ਸਾਹਿਬ ਸ੍ਰੀ ਜੋਗਿੰਦਰਪਾਲ ਜੀ ਜੈਨ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਨਾਲ ਪਹੁੰਚ ਰਹੇ ਨੇ, ਅਸੀਂ ਉਹਨਾਂ ਨੂੰ ਵੀ ਇੱਥੇ ਪਹੁੰਚਣ ਦੇ ਜੀ ਆਖਾਂਗੇ। ਇੰਦਗੜ੍ਹ ਦੀ ਟੀਮ ਦੇ ਵਿੱਚ ਇੱਕ ਪਲੇਅਰ ਹੈ, ਉਹ ਵੀਰ ਜਿਹੜਾ ਗਰਾਊਂਡ 'ਚ ਆ ਜਾਵੇ, ਕਹਿੰਦੇ ਵੀ ਮੁੰਡਾ ਚੜਾ ਲੈਂਦਾ ਉਹ ਵੀਰ, ਵੀਰ ਦੇ ਜਿਹੜੀ ਹਲਕੀ ਦੀ ਸੱਟ ਲੱਗ ਗਈ ਹੈ, ਜਲਦੀ ਨਾਲ ਉਹ ਵੀਰ ਜਿਹੜਾ ਖੇਡ ਗਰਾਊਂਡ 'ਚ ਆ ਜਾਵੇ। ਸਰਦਾਰ ਜਸਵੰਤ ਸਿੰਘ ਜੀ ਫੌਜੀ।